ਸ਼ਾਦੀ ਦੇ ਖਿਲਾਫ ਨਹੀਂ ਆ ਪਰ ਉਹ ਜਿਹੜਾ ਇੱਕ ਫੋਰਸ ਹੁੰਦਾ ਹੈ ਇੱਕ ਤਰ੍ਹਾਂ ਦਾ ਦਬਾਅ ਪਾਇਆ ਜਾਂਦਾ ਹੈ ਕਿ ਜ਼ਿੰਦਗੀ ਦੇ ਵਿੱਚ ਵਿਆਹ ਤੋਂ ਬਿਨਾ ਕੁਝ ਨਹੀਂ ਹੈ ਉਹ ਮੈਨੂੰ ਥੋੜਾ ਜਿਹਾ اٹਕਦਾ ਸੀ ਹਮੇਸ਼ਾ ਮੈਨੂੰ ਫਿਰ ਝੂਠ ਬੋਲਣਾ ਪਿਆ ਮੈਂ ਸੀਸੀਐਮਬੀ ਤੋਂ ਰਿਜ਼ਾਈਨ ਕਰਨ ਦਾ ਮਨ ਬਣਾਇਆ ਪਰ ਮੇਰੇ ਅੰਦਰ ਹਿੰਮਤ ਨਹੀਂ ਸੀ ਕਿ ਮੈਂ ਆਪਣੇ ਘਰਵਾਲਿਆਂ ਨੂੰ ਦੱਸਦਾ ਕਿਉਂਕਿ ਅਗਰ ਘਰਵਾਲਿਆਂ ਨੂੰ ਦੱਸ ਦਿੰਦੀ ਤਾਂ ਉਹ ਮੈਨੂੰ ਹైదరాబాద్ ਲੈਣ ਲਈ ਆ ਜਾਣ ਦੇ ਕਿ ਚੱਕੋ ਆਪਣਾ ਬੋਰੀਆ ਬਿਸਤਰ ਔਰ ਆ ਜਾਓ ਵਾਪਿਸ ਵੀ ਵਿਲ ਗੈਟ ਯੂ ਮੈਰਿਡ ਠੀਕ ਹੈ 22 23 ਸਾਲ ਦੀ ਉਮਰ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਸਾਡੇ ਪਰਿਵਾਰਾਂ ਦੇ ਵਿੱਚ ਲੜਕੀਆਂ ਦੀ ਸ਼ਾਦੀ ਹੋ ਜਾਂਦੀ ਹੈ ਅੱਜ ਕੱਲ ਸਾਡੇ ਵਰਗੇ ਲੋਕਾਂ ਨੂੰ ਤਾਂ ਗੁੱਸਾ ਬਹੁਤ ਜਲਦੀ ਆ ਜਾਂਦਾ ਹੈ ਅਸੀਂ ਇਰੀਟੇਟ ਵੀ ਬਹੁਤ ਜਲਦੀ ਹੋ ਜਾਂਦੇ ਹਾਂ ਬਿਕੋਜ਼ ਸਾਡੇ ਮਨ ਦੇ ਵਿੱਚ ਕੁਝ ਸੈਟ ਟਾਰਗੇਟ ਹੁੰਦੇ ਆ ਜਦੋਂ ਟਾਰਗੇਟ ਮੀਟ ਨਹੀਂ ਹੁੰਦੇ ਜਦੋਂ ਐਕਸਪੈਕਟੇਸ਼ਨ ਪੂਰੀ ਨਹੀਂ ਹੁੰਦੀ ਤਾਂ ਫਰਸਟ੍ਰੇਸ਼ਨ ਆਉਂਦੀ ਹੈ ਅਗਰ ਮੇਰਾ ਮਨ ਉਦਾਸ ਹੈ ਮੇਰੇ ਨਾਲ 15 ਲੇਡੀਆਂ ਹਨ ਮੈਂ ਉਹਨਾਂ ਨੂੰ ਉਦਾਸ ਨਹੀਂ ਕਰ ਸਕਦੀ ਆਪਣੇ ਮਨ ਦੇ ਕਾਰਨ ਨਿਰਾਸ਼ ਹੋਣੇ ਆਪਾ ਪਰ ਹਤਾਸ਼ ਨਹੀਂ ਹੋਣਾ ਇਹ ਮੈਂ ਸਿੱਖਿਆ ਹੈ ਸैम ਡੋਂਗ ਦਿਨ ਪੋਚੇ ਜੀਤੋ ਜਿਹੜੇ ਤਿੱਬਤ ਦੇ ਪ੍ਰਧਾਨ ਮੰਤਰੀ ਰਹੇ ਮੇਰਾ ਸ਼ੋਸ਼ਲ ਸਾਇੰਸਿਸ ਵੱਲ ਰੁਝਾਨ ਹੋ ਗਿਆ ਤੇ ਇਸ ਤਰ੍ਹਾਂ ਦੀ ਮੈਂ ਪੋਲੀਟੀਕਲ ਸਾਇੰਸ ਪੜ੍ਹੀ ਸ਼ੋਸ਼ਲ ਸਾਇੰਸ ਪੜ੍ਹੀ ਐਨਥਰੋਪੋਲੋਜੀ ਪੜ੍ਹੀ ਕੀ ਦੇਸ਼ ਦੇ ਵਿੱਚ ਕਨਸਟੀਟਿਊਸ਼ਨ ਦਾ ਕੀ ਸਿਸਟਮ ਹੈ ਡੈਮੋਕ੍ਰੇਸੀ ਦਾ ਕੀ ਸਿਸਟਮ ਹੈ ಗ್ರಾಮ ਪੰਚਾਇਤ ਦਾ ਕੀ ਸਿਸਟਮ ਹੈ ਪਹਿਲਾਂ ਕਦੇ ਨਹੀਂ ਪੜੇ ਸੀ ਇਹ ਸਬਜੈਕਟ ਗ੍ਰਾਮ ਸਵਰਾਜ ਵੀ ਦਾ ਰੈਫਰੈਂਸ ਬਣੀ ਤੁਹਾਡੀ ਲਾਈਫ ਗ੍ਰਾਮ ਸਵਰਾਜ ਮੇਰਾ ਰੈਫਰੈਂਸ ਬਣੀ ਅਜੀਮ ਪ੍ਰੇਮ ਜੀ ਯੂਨੀਵਰਸਿਟੀ ਦੇ ਆਮ ਤੌਰ ਤੇ ਜਿਹੜੇ ਸਟੂਡੈਂਟ ਆ ਆਮ ਤੌਰ ਤੇ ਦਿੱਤੇ ਜਾਂ ਤੇ ਉਹ ਲੈਫਟ ਹੋ ਜਾਂਦੇ ਨੇ ਜਾਂ ਰਾਈਟ ਹੋ ਜਾਂਦੇ ਨੇ ਕੁਛ ਹੀ ਬੜਾ ਸੈਂਟਰ ਮੈਂ ਆਮ ਜ਼ਿਆਦਾਤਰ ਮੈਂ ਦੇਖਦਾ ਗਾਂਧੀਅਨ ਹੋਏ ਸਟੂਡੈਂਟੇ ਬਹੁਤ ਘੱਟ ਦੇਖਿਆ ਮੈਂ ਖੁਦ ਜਦੋਂ ਮੈਂ ਚਰਖਾ ਚਲਾਨੀਆ ਮੈਨੂੰ ਉਸ ਚੀਜ਼ ਦਾ ਅਹਿਸਾਸ ਹੁੰਦਾ ਇਹ ਜਿਹੜਾ ਅਸੀਂ ਪਿਛਲੇ 4-5 ਸਾਲ ਦੇ ਵਿੱਚ ਕੰਮ ਕਰ ਪਾਏ ਆ ਅਗਰ ਇਹ ਕੋਈ ਪ੍ਰੋਜੈਕਟ ਹੁੰਦਾ ਜਾਂ ਕੋਈ ਫੰਡਿੰਗ ਹੁੰਦੀ ਤਾਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਇੰਨਾ ਇਹਦੇ ਤੇ ਆਤਮ ਚਿੰਤਨ ਕਰ ਪਾਉਂਦੇ ਇੱਥੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਆ ਕੇ ਦੇਖਿਆ ਮੰਨ ਲਈ ਸਾਰੀਆਂ ਚੀਜ਼ਾਂ ਕਨੈਕਟ ਹੋਈ ਅਸੀਂ ਪੜੇ ਲਿਖੇ ਲੋਗ ਬਾਰੋਂ ਬਹੁਤ ਫੈਂਸੀ ਆਈਡੀਆਜ਼ ਲੈ ਕੇ ਆਨੇ ਆ ਕਿ ਠੀਕ ਹੈ ਫਾਰਮਿੰਗ ਇਸ ਤਰ੍ਹਾਂ ਦੀ ਹੋਏਗੀ ਅਸੀਂ ਕੋਈ ਕੋਆਪਰੇਟਿਵ ਬਣਾਵਾਂਗੇ ਕੋਈ ਸੈਲਫ ਹੈਲਪ ਗਰੁੱਪ ਬਣਾਵਾਂਗੇ ਪਰ ਇਹ ਤਾਂ ਪਿੰਡਾਂ ਦੇ ਵਿੱਚ ਉਤਰਦੇ ਹਨਾ ਤਾਂ ਫਿਰ ਉਹ ਚੀਜ਼ਾਂ ਸਮਝ ਚਾਹਦੀਆਂ ਕਿ ਇਹਨਾਂ ਦੇ ਕੋਲ ਕੀ ਤਾਕਤ ਹੈ ਜਿਹੜਾ ਸਾਡਾ ਸਧਾਰਨ ਵਿਅਕਤੀ ਹੈ ਜਿਹਦੇ ਕੋਲ ਇਹ ਫਾਰਮਲ ਐਜੂਕੇਸ਼ਨ ਨਹੀਂ ਹੋਏਗੀ ਪਰ ਉਹਦੇ ਕੋਲ ਲਾਈਫ ਦੀ ਐਜੂਕੇਸ਼ਨ ਹੈ ਸਾਡੀ ਵਰਗੀ ਜਨਰੇਸ਼ਨ ਦੀ ਪ੍ਰੋਬਲਮ ਹੈ ਕਿ ਅਸੀਂ ਪਰਮਾਤਮਾ ਕਹਿ ਲੋ ਕੁਦਰਤ ਕਹਿ ਲੋ ਜਾਂ ਕੋਈ ਸੁਪਰੀਮ ਪਾਵਰ ਤਾਂ ਹੈ ਨਾ ਜਿਹੜੀ ਸਾਨੂੰ ਚਲਾਉਂਦੀ ਆ ਅਸੀਂ ਆਪਣੇ ਆਪ ਨੂੰ ਸਰੈਂਡਰ ਨਹੀਂ ਕਰ ਪਾਂਦੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਆਪਣੇ ਕੰਟਰੋਲ 'ਚ ਰੱਖਣਾ ਚਾਹੁੰਦੇ ਆ ਆਈਡੀਆ ਕੀ ਲੋਕਾਂ ਦੇ ਹੱਥਾਂ 'ਚ ਰੋਜ਼ਗਾਰ ਦੂਜੇ ਪਾਸੇ ਗਲੋਬਲਾਈਜੇਸ਼ਨ ਦਾ ਲੈਬਲਾਈਜੇਸ਼ਨ ਦਾ ਉਹ ਕਨਸੈਪਟ ਆ ਜਿਹਦਾ ਆਈਡੀਆ ਇਹ ਹੈਗਾ ਕਿ ਲੋਕਾਂ ਦੇ ਹੱਥਾਂ 'ਚ ਕੰਮ ਖੋ ਕੇ ਵਿਲੇ ਕਿਵੇਂ ਕਰਨਾ ਹੈ ਨਾ ਟੈਕਨੀਕ 'ਚ ਮੇ ਲੈ ਕੇ ਆਉਣੀ ਆ ਤਾਂ ਤੁਹਾਨੂੰ ਲੱਗਦਾ ਇਹ ਸੰਭਵ ਆ अच्छा कर रहे हो सारे वाह वाही चूक हो गई कि हो महिला होने के नाते समाजेंज तो है लड़किया अगर वो किन्ना भी सही कर ठीक है पर फिर भी उन्होंने उ कि यू शुड बी डिपेंडेंट ऑन सम ਕਰਨਾ ਹੈ ਜਾਂ ਬਹੁਤ ਔਖਾ ਛੱਡੋ ਪਰ ਉਹ ਕੰਫਰਟ ਜ਼ੋਨ ਜੋ ਜੀ ਕਦੇ ਲੱਗਿਆ ਵੀ ਕੁਇਟ ਕਰਨ ਦੀ ਜੀਤਾ ਹੋਵੇ ਖਾਦੀ ਜਿਹੜੀ ਤੁਸੀਂ ਜਿਹੜੇ ਪੈਨ ਵੀ ਹੋਇਆ ਮੈਨੂੰ ਲੱਗਦਾ ਤੁਸੀਂ ਇਹ ਆਪ ਆਪ ਹੀ ਬੁਣਿਆ ਹੋਇਆ ਹਾਂ ਤੇ ਇਹਦੇ ਬਾਰੇ ਥੋੜਾ ਦੱਸੋ ਕਿਵੇਂ ਕੰਮ ਕਰਦੇ ਹੋ ਕਿੱਥੇ ਕਿੱਥੇ ਜਾਂਦਾ ਕਿਵੇਂ ਉਹ ਇੱਕ ਤਰ੍ਹਾਂ ਦਾ ਸਰਵਾਈਵਲ ਮਾਡਲ ਵੀ ਹੈ ਦੇਖੋ ਖੇਤੀ ਵੀ ਰਾਸ਼ਟ੍ਰ ਮਿਸ਼ਨ ਦੀ ਸ਼ੁਰੂਆਤ ਹੋਈ ਜਹਿਰ ਮੁਕਤ ਖੇਤੀ ਦੀ पंजाब दे विच बहुत सारे केमिकल फर्टिलाइजर्स और पेस्टिसाइड्स तो सुनो जहर मुक्त कपड़े तक ले आए हां जी फिर असि कपड़े दे विच भी इंटरवीन किया तो कपड़ा, कपड़ा, कपड़ा बनाना सीख गए ने कपड़े की काफ़ी डिमांड है किसान भी तैयार है कॉटन लगा और पिंड बीबिया कटाई भी कर दी तो यह काफ़ी अच्छा एक इकोनॉमिक मॉडल भी है क्या इट्स मैंज वर्ल्ड थोड़ी जिंदगी ਜਿਹੜੇ ਮਰਦ ਨੇ ਤੁਹਾਡੇ ਪਿਤਾ ਨੇ ਤੁਹਾਡੇ ਭਰਾ ਨੇ ਜਾਂ ਹੋਰ ਵੀ ਮਰਦ ਤੁਹਾਡੇ ਦੋਸਤ ਹੋਣਗੇ ਤੁਹਾਡੇ ਕਿਹੜਾ ਜਿਹਾ ਐਕਸਪੀਰੀਅੰਸ ਰਿਹਾ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਜਿਸ ਦੌਰ ਚ ਪੰਜਾਬ ਦੇ ਧੀਆਂ ਪੁੱਤ ਆਪਣੇ ਪਿਓ ਪੰਜਾਬ ਨੂੰ ਛੱਡ ਕੇ ਵਿਦੇਸ਼ ਦੀ ਧਰਤੀ ਤੇ ਜਾ ਰਹੇ ਹੋਣ ਉਸੇ ਦੌਰ ਚ ਪੰਜਾਬ ਦੀ ਇੱਕ ਧੀ ਜਿਹੜੀ ਭਾਰਤ ਦੇ ਸਭ ਤੋਂ ਵਧੀਆ ਇੰਸਟੀਚਿਊਟ ਚ ਪੜਦੀ ਐ ਵਧੀਆ ਥਾਂ ਤੇ ਨੌਕਰੀ ਕਰਦੀ ਐ ਅਜੀਮ ਪ੍ਰੇਮ ਜੀ ਯੂਨੀਵਰਸਿਟੀ ਚ ਵੀ ਕੰਮ ਕਰਦੀ ਐ ਉਹ ਪੰਜਾਬ ਦਾ ਰੁਖ ਕਰਦੀ ਐ ਜਾਨੀ ਜਿਹਨੂੰ ਕਾਰਪੋਰੇਟ ਦੀ ਲੱਖਾਂ ਦੀ ਨੌਕਰੀ ਮਿਲ ਸਕਦੀ ਸੀ ਜਾਂ ਮਿਲੀ ਉਹਨੇ ਉਹਨੂੰ ਛੱਡ ਕੇ ਪੰਜਾਬ ਚੁਣਿਆ ਉਹ ਵੀ ਪੰਜਾਬ ਦੇ ਪਿੰਡ ਚੁਣੇ ਅਸੀਂ ਜੈਤੋ ਚ ਬੈਠੇ ਆ ਸਾਡੇ ਨਾਲ ਰੁਪਸੀ ਗਰਗ ਤੇ ਗਰਗ ਜਿਹੜੀ ਕੌਮ ਆ ਜਾਂ ਕਈਏ ਬਾਣੀਆਂ ਬਾਰੇ ਪੰਜਾਬ 'ਚ ਇਹ ਕਹਿਆ ਜਾਂਦਾ ਹੈਗਾ ਕਿ ਬਾਣੀਆਂ ਤਾਂ ਬਿਜ਼ਨਸ ਕਰਦੇ ਨੇ ਉਹਨਾਂ ਦੇ ਤਾਂ ਕੰਮਕਾਰ ਹੋਰ ਹੁੰਦੇ ਨੇ ਉਹਨਾਂ ਦਾ ਸਮਾਜਿਕ ਕੰਸਰਨਾਂ 'ਚ ਕੋਈ ਬਹੁਤਾ ਰੋਲ ਨਹੀਂ ਹੁੰਦਾ ਕਿਉਂਕਿ ਉਹਨਾਂ ਨੇ ਤਾਂ ਕਾਰੋਬਾਰ ਕਰਨਾ ਪਰ ਇਹ ਕੁੜੀ ਨੂੰ ਲੱਗਿਆ ਨਹੀਂ ਪੰਜਾਬ ਦੇ ਵਿਸ਼ਿਆਂ ਤੇ ਮੈਂ ਕੰਮ ਕਰੂੰ ਪੰਜਾਬ ਜ਼ਹਿਰ ਮੁਕਤ ਕਿਵੇਂ ਹੋਵੇ ਪੰਜਾਬ ਦੀ ਖੇਤੀ ਕਿਵੇਂ ਠੀਕ ਹੋਵੇ ਪੰਜਾਬ ਕਿਵੇਂ ਠੀਕ ਹੋਵੇ ਰੁਪਸੀ ਗਰਗ ਪੰਜਾਬ ਆਉਂਦੀ ਹੈ ਜੈਤੋਂ ਚ ਖੇਤੀ ਵਿਰਾਸਤ ਮਿਸ਼ਨ ਨਾਲ ਕੰਮ ਕਰ ਰਹੀ ਹੈ ਗੱਲਬਾਤ ਕਰਦੇ ਆਂ ਔਰ ਖਾਸ ਤੌਰ ਦੇ ਤੇ ਕੁੜੀ ਦੇ ਲਈ ਗੱਲ ਸਿਰਫ ਇਹ ਨਹੀਂ ਕਿ ਉਹ ਬਾਣੀਆਂ ਦੀ ਕੁੜੀ ਆ ਉਹ ਕੁੜੀ ਵੀ ਹੈ ਕੁੜੀਆਂ ਦੇ ਲਈ ਬਹੁਤ ਵੱਡਾ ਚੈਲੰਜ ਹੁੰਦਾ ਘਰੋਂ ਨਿਕਲ ਕੇ ਆਪਣੀਆਂ ਥਾਵਾਂ ਬਣਾਉਣੀਆਂ ਤੇ ਆਪਣੀ ਮਰਜ਼ੀ ਦਾ ਕੰਮ ਕਰਨਾ ਜਿਹੜੀ ਤੁਹਾਡੀ ਆਤਮਾ ਨੂੰ ਸਕੂਨ ਦੇਵੇ ਅੱਜ ਕੱਲ ਉਹ ਚਰਖਾ ਵੀ ਚਲਾਉਂਦੀ ਹੈ ਅੱਜ ਕੱਲ ਉਹ ਖੱਡੀਆਂ ਵੀ ਬੁੰਦੀ ਆ ਅੱਜ ਕੱਲ ਉਹ ਦਰਿਆ ਬੁੰਦੀ ਹੈ ਬਣਵਾਉਂਦੀ ਹੈ ਤੇ ਜਿਹੜੇ ਇੱਥੋਂ ਦੀਆਂ ਲੋਕਲ ਬੀਬੀਆਂ ਨੇ ਸਥਾਨਕ ਬੀਬੀਆਂ ਜਿਹੜੀਆਂ ਸਾਡੀਆਂ ਮਾਤਾਵਾਂ ਨੂੰ ਸਾਡੀਆਂ ਦਾਦੀਆਂ ਨੂੰ ਸਾਡੇ ਪੁਰਖਿਆਂ ਨੂੰ ਕਲਾ ਇੱਕ ਬਖਸ਼ੀ ہوئی ਇਸ ਧਰਤੀ ਨੇ ਜਿੱਚ ਦਰਿਆ ਨੇ ਜਿੱਚ ਖੇਸ ਨੇ ਜਿੱਚ ਫੁਲਕਾਰੀਆਂ ਨੇ ਕੰਬਲ ਨੇ ਉਹ ਆ ਬਣਾਉਂਦੇ ਰਹੇ ਨੇ ਉਹ ਦੁਬਾਰਾ ਉਸ ਕਲਚਰ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਬਹੁਤ ਵੱਡਾ ਕੰਮ ਕਰ ਰਹੀ ਹੈ ਰੁਪਸੀ ਸਾਡੇ ਨਾਲ ਆ ਸਵਾਗਤ ਕਰਦੇ ਹਾਂ ਸਵਾਗਤ ਆ ਰੁਪਸੀ ਬਹੁਤ-ਬਹੁਤ ਤੁਹਾਡਾ ਪੰਜਾਬ ਟੀਵੀ ਤੇ ਸਭ ਤੋਂ ਪਹਿਲਾਂ ਮੈਂ ਇੱਥੇ ਸ਼ੁਰੂਆਤ ਕਰੂੰਗਾ ਤੁਸੀਂ ਘਰੋਂ ਨਿਕਲਦੇ ਹੋ ਪੜਨ ਜਾਂਦੇ ਹੋਗੇ ਪਹਿਲਾਂ ਤੇ ਦੱਸੋ ਘਰ ਦੇ ਹਾਲਾਤ ਕੀ ਸੀ ਜਦੋਂ ਤੁਸੀਂ ਪੜਨ ਗਏ ਉਦੋਂ ਤੁਹਾਡੇ ਟਾਰਗੇਟ ਕੀ ਸੀ ਜਾਂ ਤੁਹਾਡੇ ਮਾਪਿਓ ਦੇ ਮਨਚ ਕੀ ਸੀ ਤੇ ਤੁਹਾਡੇ ਮਨਚ ਕੀ ਸੀਗਾ ਸਾਡਾ ਪਿੰਡ ਪਟਿਆਲੇ ਜ਼ਿਲ੍ਹੇ ਦਾ ਟਿਪਲਾ ਪਿੰਡ ਹੈ ਇਹ ਰਾਜਪੁਰਾ ਔਰ ਅੰਬਾਲਾ ਦੇ ਵਿਚਕਾਰ ਪੈਂਦਾ ਹੈ ਪੰਜਾਬ ਔਰ ਹਰਿਆਣਾ ਦੇ ਬਾਰਡਰ ਤੇ ਹੈ 10ਵੀਂ ਤੱਕ ਦੀ ਮੈਂ ਆਪਣੀ ਪੜਾਈ ਪਿੰਡ ਦੇ ਵਿੱਚੋਂ ਹੀ ਕੀਤੀ ਸਰਕਾਰੀ ਸਕੂਲ ਦੇ ਵਿੱਚੋਂ ਉਸ ਤੋਂ ਬਾਅਦ ਮੈਂ ਪਲੱਸ 1 ਦੇ ਵਿੱਚ ਨਾਨ ਮੈਡੀਕਲ ਲਿੱਤਾ ਔਰ ਬੀਟੈਕ ਕੀਤੀ ਬਾਇਓਟੈਕਨੋਲੋਜੀ ਦੇ ਵਿੱਚ ਕੁਰੂਕਸ਼ੇਤਰ ਯੂਨੀਵਰਸਿਟੀ ਹਰਿਆਣਾ ਤੋਂ 2011 ਦੇ ਵਿੱਚ ਮੇਰੀ ਬੀਟੈਕ ਹੋ ਗਈ ਸੀ ਔਰ ਉਸ ਤੋਂ ਬਾਅਦ ਕੋਈ ਜੌਬ ਨਹੀਂ ਸੀ ਮੈਂ 6 ਮਹੀਨੇ ਘਰ ਹੀ ਸੀ ਤਾਂ ਮੈਂ ਇੰਟਰਨੈਟ ਦੇ ਥਰੂ ਅਪਲਾਈ ਕੀਤਾ ਕਿ ਮੈਨੂੰ ਕਿਸੇ ਲਾਈਫ ਸਾਇੰਸ ਦੇ ਇੰਸਟੀਚਿਊਟ ਦੇ ਵਿੱਚ ਕੋਈ ਇੰਟਰਨਸ਼ਿਪ ਮਿਲ ਜਾਏ ਸੀਸੀਐਮਬੀ ਕਰਕੇ ਇੱਕ ਇੰਸਟੀਚਿਊਟ ਹੈ ਹਾਈਦਰਾਬਾਦ ਦੇ ਵਿੱਚ ਸੈਂਟਰ ਫॉर ਸੈਲੂਲਰ ਐਂਡ ਮੋਲੀਕੂਲਰ ਬਾਇਓਲੋਜੀ ਉਥੇ ਮੈਂ 6 ਮਹੀਨੇ ਦੀ ਇੰਟਰਨਸ਼ਿਪ ਕੀਤੀ ਔਰ ਮੇਰੇ ਘਰ ਦੇ ਵਿੱਚੋਂ ਮੈਨੂੰ ਉਥੇ ਕੋਈ ਵੀ ਭੇਜਣ ਲਈ ਤਿਆਰ ਨਹੀਂ ਸੀ ਅੰਬਾਲਾ ਔਰ ਹైదరాబాద్ ਕੋਈ 2800 ਕਿਲੋਮੀਟਰ ਦੂਰ ਦਾ ਰਸਤਾ ਔਰ ਸਾਡੇ ਪਰਿਵਾਰ ਦੇ ਵਿੱਚੋਂ ਪਹਿਲਾਂ ਕੋਈ ਵੀ ਇੰਨੀ ਦੂਰ ਨਹੀਂ ਗਿਆ ਕੁੜੀਆਂ ਤਾਂ ਛੱਡੋ ਮੁੰਡੇ ਵੀ ਨਹੀਂ ਗਏ ਔਰ ਮੈਂ ਇੱਕ ਕੁੜੀ ਦੀਵਾਲੀ ਦਾ ਟਾਈਮ ਸੀਗਾ 1 ਨਵੰਬਰ 2011 ਨੂੰ ਮੈਂ ਹైదరాబాద్ ਪਹੁੰਚ ਗਈ ਸੀ ਉਸ ਸਮੇਂ ਵੀ ਘਰਵਲਿਆਂ ਨੂੰ ਕਾਫੀ ਮਨਾਉਣਾ ਪਿਆ ਸੀ ਪਰ ਚਲੋ ਇੱਕ ਵਾਰੀ ਮੈਂ ਉੱਥੇ ਗਈ 6 ਮਹੀਨੇ ਮੇਰੀ ਇੰਟਰਨਸ਼ਿਪ ਹੋਈ ਉੱਥੇ ਉਹਦੇ ਵਿਚਕਾਰ ਵੀ ਘਰਵਲਿਆਂ ਦੇ ਕਈ ਫੋਨ ਆਏ ਕਿ ਵਾਪਿਸ ਆ ਜਾਓ ਵਾਪਿਸ ਆ ਜਾਓ ਉੱਥੇ ਕੀ ਹੈ ਪਰ ਮੈਂ ਉਹ 6 ਮਹੀਨੇ ਦੀ ਆਪਣੀ ਇੰਟਰਨਸ਼ਿਪ ਕੰਪਲੀਟ ਕੀਤੀ ਉਸ ਤੋਂ ਬਾਅਦ ਮੈਨੂੰ ਉੱਥੇ ਹੀ ਆਫਰ ਮਿਲ ਗਿਆ ਜੂਨੀਅਰ ਰਿਸਰਚ ਫੈਲੋ ਦਾ ਮੈਂ 6 ਮਹੀਨੇ ਘਰ ਵਾਪਿਸ ਨਹੀਂ ਆਈ ਸੀ ਮੈਂ ਹైదరాబాద్ ਦੇ ਵਿੱਚ ਹੀ ਰਹੀ ਸੀ ਔਰ ਮੈਂ ਸਭ ਤੋਂ ਪਹਿਲੀ ਵਾਰ ਉਸ ਸਮੇਂ ਘਰ ਤੋਂ ਬਾਹਰ ਨਿਕਲੀ ਸੀ ਮੇਰੀ ਉਮਰ 20 ਸਾਲ ਦੀ ਸੀਗੀ 2011 ਦੇ ਵਿੱਚ ਫਿਰ ਜਦੋਂ ਮੈਂ ਵਾਪਸ ਆਈ ਫਿਰ ਵੀ ਘਰਵਾਲਿਆਂ ਦਾ ਦਬਾਅ ਸੀਗਾ ਕਿ ਇੰਨੀ ਦੂਰ ਕੀ ਕਰਨਾ ਇੱਥੇ ਹੀ ਕਿਤੇ ਆਸ-ਪਾਸ ਇੰਟਰਨਸ਼ਿਪ ਹੋ ਗਈ ਹੈ ਚੰਡੀਗੜ੍ਹ ਅੰਮ੍ਰਾਲਾ ਇੱਥੇ ਦੇ ਇਲਾਕੇ ਦੇ ਵਿੱਚ ਹੀ ਕੋਈ ਜੌਬ ਕਰ ਲਵੋ ਮੇਰੇ ਲਈ ਖਾਲੀ ਉਹ ਜੌਬ ਨਹੀਂ ਸੀ ਜਾਂ ਖਾਲੀ ਪੈਸਾ ਨਹੀਂ ਸੀ ਮੈਨੂੰ ਲੱਗਦਾ ਉਹ ਸੀਗਾ ਕਿ ਮੈਂ ਹੈ ਕੀ ਮੇਰੀ ਪਛਾਣ ਕੀ ਹੈ ਕਿਉਂਕਿ 20 ਸਾਲ ਦੀ ਜਿਹੜੀ ਉਹ ਉਮਰ ਸੀ ਘਰਵਲਿਆਂ ਨੇ ਰਿਸ਼ਤੇਦਾਰਾਂ ਨੇ ਜੋ ਕਿਹਾ ਇਹ ਕਰ ਲੋ ਇੱਥੇ ਪੜ੍ਹਾਈ ਕਰ ਲੋ ਅਸੀਂ ਉਹ ਕਰ ਲਿਆ ਜੋ ਤੋਂ ਮੈਂ ਹైదరాబాద్ ਗਈ ਮੇਰੇ ਸਾਹਮਣੇ ਚੁਣੌਤੀਆਂ ਵੀ ਬਹੁਤ ਸੀ ਐਸਾ ਨਹੀਂ ਹੈ ਕਿ ਚੁਣੌਤੀਆਂ ਨਹੀਂ ਸੀ ਪਰ ਉਹਨੇ ਮੈਨੂੰ ਇੱਕ ਤਰ੍ਹਾਂ ਦੀ ਤਾਕਤ ਦਿੱਤੀ ਜਦੋਂ ਮੈਂ ਆਪਣੇ ਘਰਵਲਿਆਂ ਤੋਂ ਦੂਰ ਸੀ ਕਿ ਸ਼ਾਇਦ ਮੈਂ ਇਕੱਲੇ ਵੀ ਕੁਛਾਂ ਮੇਰਾ ਸ਼ਰੀਰ ਮੇਰਾ ਮਨ ਮੇਰੀ ਬੁੱਧੀ ਔਰ ਮੈਂ ਅੱਗੇ ਕਿਵੇਂ ਇਸ ਸੰਸਾਰ ਦੇ ਵਿੱਚ ਵਿਚਰ ਸਕਦੀ ਹਾਂ ਮੈਂ ਕੀ ਕਰ ਸਕਦੀ ਹਾਂ ਉਹ ਮੇਰੀ ਯਾਤਰਾ ਸ਼ੁਰੂ ਹੋਈ ਮੇਰੇ ਘਰ ਵੱਲੋਂ ਕਨਸਟੈਂਟ ਪ੍ਰੈਸ਼ਰ ਸੀਗਾ ਮੇਰੇ ਭਰਾ ਵੱਲੋਂ ਖਾਸ ਕਰ ਹੀ ਇਜ਼ ਯੰਗਰ ਟੂ ਮੀ ਉਮਰ ਦੇ ਵਿੱਚ ਛੋਟਾ ਹੈ ਪਰ ਸਾਡੇ ਸਮਾਜ ਦੇ ਵਿੱਚ ਇੱਕ ਪੈਟਰੀਆਰਕੀ ਹੈ ਮੇਰੇ ਪਾਪਾ ਨੇ ਤਾਂ ਜਿਆਦਾ ਕਦੇ ਕੁਝ ਨਹੀਂ ਕਿਹਾ ਪਾਪਾ ਵੀ ਪ੍ਰੈਸ਼ਰਾਈਜ਼ ਹੁੰਦੇ ਸੀ ਰਿਲੇਟਿਵਸ ਕਰਕੇ ਜਾਂ ਘਰ ਦੇ ਮਾਹੌਲ ਕਰਕੇ ਔਰ ਘਰ ਦਾ ਮਾਹੌਲ ਵੀ ਐਸੀ ਕੋਈ ਬਹੁਤ ਵੱਡੀ ਬਨਿਆ ਫੈਮਿਲੀ ਜਾਂ ਬਿਜ਼ਨਸ ਫੈਮਿਲੀ ਨਹੀਂ ਹੈ ਐਸੀ ਇੱਕ आम परिवार है पापा ने छोटी मोटी दुकान करके सारा घर का खर्चा चलाया हमेशा तो मम्मी भी होम मेकर है, हैं घर ही रेंगे हैं तो ऐसा नहीं है कि बहुत ज़्यादा पैसा होया बहुत ज्यादा जमीन जायदाद हुई या बहुत घर केशोहराम होया मतलब हैंड टू माउथ वाली ही गल सी वो चाहे पढ़ाई लगा लो चाहे किमें भी लगा लो तो कॉन्सटेंट प्रेशर के बावजूद भी मैं उत्थे बनी रही तीन साल और चैलेंजेस उत्थे भी सके क्योंकि असी एक छोटी जगह तो पढ़ाई की और उत हैदराबाद भारत के हरेक कोनेी पढ़ाई करके लोग आए हुए पीएच डी स्कोलर पी डी एफ उर रिसर्च फैलो तो उतरइव किया पर फिर मन तो आवाज आई कि लाइफ सैंसिसंटीन्यू नहीं करना है मैं कुछ सोशल सैंसिस करना है मतलब ग्रासरूट लैवलते करना है पर मेरा कोई बैकग्राउंड नहीं सी, मेरी कोई एजुकेशन नहीं सी। और डायरक्टली सोशल सैक्टर के एन जी ओंप करना मैनू ठीक नहीं लग्या ਮੈਂ ਸੀਸੀਐਮਬੀ ਤੋਂ ਰਿਜ਼ਾਈਨ ਕਰਨ ਦਾ ਮਨ ਬਣਾਇਆ ਪਰ ਮੇਰੇ ਅੰਦਰ ਹਿੰਮਤ ਨਹੀਂ ਸੀ ਕਿ ਮੈਂ ਆਪਣੇ ਘਰਵਾਲਿਆਂ ਨੂੰ ਦੱਸਾਂ ਕਿਉਂਕਿ ਅਗਰ ਘਰਵਾਲਿਆਂ ਨੂੰ ਦੱਸ ਦਿੰਦੀ ਤਾਂ ਉਹ ਮੈਨੂੰ ਹైదరాబాద్ ਲੈਣ ਲਈ ਆ ਜਾਂਦੇ ਕਿ ਚੱਕੋ ਆਪਣਾ ਬੋਰੀਆ ਬਿਸਤਰ ਔਰ ਆ ਜਾਓ ਵਾਪਿਸ ਵੀ ਵਿਲ ਗੈਟ ਯੂ ਮੈਰਿਡ ਠੀਕ ਹੈ 22-23 ਸਾਲ ਦੀ ਉਮਰ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਸਾਡੇ ਪਰਿਵਾਰਾਂ ਦੇ ਵਿੱਚ ਲੜਕੀਆਂ ਦੀ ਸ਼ਾਦੀ ਹੋ ਜਾਂਦੀ ਹੈ ਮੈਂ ਸ਼ਾਦੀ ਦੇ ਖਿਲਾਫ ਨਹੀਂ ਹਾਂ ਪਰ ਉਹ ਜਿਹੜਾ ਇੱਕ ਫੋਰਸ ਹੁੰਦਾ ਹੈ ਇੱਕ ਤਰ੍ਹਾਂ ਦਾ ਦਬਾਅ ਪਾਇਆ ਜਾਂਦਾ ਹੈ ਕਿ ਜ਼ਿੰਦਗੀ ਦੇ ਵਿੱਚ ਵਿਆਹ ਤੋਂ ਬਿਨਾ ਕੁਝ ਨਹੀਂ ਹੈ। ਉਹ ਮੈਨੂੰ ਥੋੜਾ ਜਿਹਾ اٹਕਦਾ ਸੀ ਹਮੇਸ਼ਾ ਕਿ ਨਹੀਂ ਮੈਂ ਇਸ ਤਰ੍ਹਾਂ ਨਹੀਂ ਕਰ ਸਕਦੀ ਆਪਣੇ ਸਾਥ। ਔਰ ਨਾ ਹੀ ਮੈਂ ਹੋਣ ਦਿੱਤਾ ਉਹ। ਤੇ ਮੈਂ ਆਪਣੇ ਘਰ ਵਾਲਿਆਂ ਨੂੰ ਦੱਸੇ ਬਿਨਾ ਸੀਸੀਐਮਬੀ ਤੋਂ ਰਿਜ਼ਾਈਨ ਕਰ ਦਿੱਤਾ ਔਰ ਮੈਂ ਚਲੀ ਗਈ ਬਨਾਰਸ। ਮੈਂ ਪਹਿਲਾਂ ਕਦੇ ਬਨਾਰਸ ਨਹੀਂ ਗਈ ਸੀ। ਇੱਕ ਕਾਮਨ ਫਰੈਂਡ ਦੇ ਥਰੂ ਉੱਥੇ ਉਹਦੀ ਸਿਸਟਰ ਸੀਗੀ ਬੀਐਚਯੂ ਦੇ ਵਿੱਚ ਪੜਦੀ ਸੀ। ਉੱਥੇ ਛੋਟਾ ਜਿਹਾ ਕਮਰਾ ਸੀਗਾ। ਅਸੀਂ ਦੋਨੋਂ ਸ਼ੇਅਰ ਕਰਦੇ ਸੀ ਉੱਥੇ ਹੀ ਖਾਣਾ ਬਣਾਉਂਦੇ ਸੀ ਔਰ ਮੈਂ ਸਾਰਾ ਲਿਟਰੇਚਰ ਸਾਰਾ ਜਿਹੜਾ ਐਪਟੀਟਿਊਡ ਹੈ ਜੋ ਵੀ ਐਂਟ੍ਰੈਂਸ ਟੈਸਟ ਦੇ ਲਈ ਤਿਆਰੀ ਦੀ ਜ਼ਰੂਰਤ ਹੁੰਦੀ ਹੈ ਉੱਥੇ ਸ਼ੁਰੂ ਕੀਤੀ ਉਸ ਸਾਲ ਮੈਂ 4-5 ਇੰਟਰਵਿਊ ਦਿੱਤੇ ਐਂਟ੍ਰੈਂਸ ਐਗਜ਼ਾਮ ਦਿੱਤੇ ਨਾਟ ਇੰਟਰਵਿਊ ਜੀਐਨਯੂ ਐਚਸੀਯੂ ਡੀਯੂ ਔਰ ਬੀਐਚਯੂ ਇਹ ਚਾਰ ਯੂਨੀਵਰਸਿਟੀਆਂ ਉਸ ਸਮੇਂ ਮੈਨੂੰ ਪਤਾ ਸੀ ਮੇਰਾ ਕਿਸੇ ਦੇ ਵਿੱਚ ਨਹੀਂ ਹੋਇਆ ਮਤਲਬ ਐਂਟ੍ਰੈਂਸ ਕਲੀਅਰ ਨਹੀਂ ਹੋਇਆ ਦਿੱਲੀ ਯੂਨੀਵਰਸਿਟੀ ਦੀ ਇਹ ਪਾਲਿਸੀ ਹੈ ਕਿ ਅਗਰ ਦਿੱਲੀ ਯੂਨੀਵਰਸਿਟੀ ਦਾ ਐਂਟ੍ਰਾਂਸ ਇਗਜ਼ਾਮ ਦੇਣਾ ਹੈ ਤਾਂ ਉਹ ਦਿੱਲੀ ਆ ਕੇ ਹੀ ਦੇਣਾ ਪਏਗਾ। ਬਾਕੀ ਯੂਨੀਵਰਸਿਟੀਆਂ ਦਾ ਭਾਰਤ ਦੇ ਕਿਸੇ ਵੀ ਕੋਨੇ ਦੇ ਵਿੱਚ ਸੈਂਟਰ ਬਣਾ ਦਿੰਦੀਆਂ। ਪਰ ਡੀਯੂ ਦਾ ਹੈਗਾ ਸੀ ਉਸ ਸਮੇਂ ਉਹ ਪਾਲਿਸੀ ਸੀ। ਅੱਜ ਦਾ ਮੈਨੂੰ ਪਤਾ ਨਹੀਂ। ਇਹ 2015 ਦੀ ਗੱਲ ਹੈ। 2014 ਜਾਂ 2015। ਕਿ ਦਿੱਲੀ ਆ ਕੇ ਹੀ ਉਹ ਪੇਪਰ ਦੇਣਾ। ਹੁਣ ਦਿੱਲੀ ਤੋਂ ਅੰਬਾਲਾ ਕੋਈ 4 ਘੰਟੇ। ਤਾਂ ਹੋ ਨਹੀਂ ਸਕਦਾ ਸੀ ਮੈਂ ਦਿੱਲੀ ਆਵਾਂ ਔਰ ਕਰਨਾਵਾਂ। ਕਰਾਨਾ ਪਿਆ ਮੈਨੂੰ ਔਰ ਜਦੋਂ ਘਰ ਆਈ ਤੇ ਮੈਂ ਦੱਸਤਾ ਫਿਰ ਕਿ ਮੇਰੇ ਕੋਲ ਕੋਈ ਜੌਬ ਨਹੀਂ ਹੈ ਸੀਸੀਐਮਬੀ ਨੂੰ ਛੱਡੇ ਹੋਏ ਮੈਨੂੰ 8 ਮਹੀਨੇ ਹੋ ਗਏ ਉਸ ਸਮੇਂ ਤੱਕ ਮੇਰੀ ਸੇਵਿੰਗਸ ਜੋ ਸੀ ਜੋ ਮੈਂ 3 ਸਾਲ ਦੇ ਵਿੱਚ ਕੀਤੀ ਸੀ ਉਹ ਵੀ ਐਗਜ਼ੌਸਟ ਹੋ ਚੁੱਕੀ ਸੀ ਕਿਉਂਕਿ ਸੇਵਿੰਗਸ ਤੋਂ ਬਿਨਾ ਮੈਂ ਸਰਵਾਈਵ ਵੀ ਨਹੀਂ ਕਰ ਸਕਦੀ ਸੀ ਠੀਕ ਹੈ ਨਾ ਉਹ ਬਨਾਰਸ ਜਾਣਾ ਉੱਥੇ ਕਿਤਾਬਾਂ ਲੈਣੀ ਪੜਨੀ ਔਰ ਫਿਰ ਉੱਥੇ ਸਰਵਾਈਵ ਕਰਨਾ ਸਾਰਾ ਮੈਂ ਘੜ ਦੱਸਤਾ ਘੜ ਦੇ ਵਿੱਚ ਫਿਰ ਝਗੜਾ ਹੋਇਆ ਕਿ ਹੁਣ ਕਿਤੇ ਨਹੀਂ ਜਾਣਾ ਹੋ ਗਿਆ ਸ਼ੌਂਕ ਪੂਰਾ ਪੜਾਈ ਵੀ ਹੋ ਗਈ ਹੁਣ ਕੋਈ ਨੌਕਰੀ ਕਰੋ ਜਾਂ ਫਿਰ ਲੜਕਾ ਦੇਖਦੇ ਆ ਕੋਈ ਸ਼ਾਦੀ ਕਰ ਲੇ ਠੀਕ ਹੈ ਮੈਂ ਕਦੇ ਵੀ ਉਸ ਚੀਜ਼ ਨੂੰ ਨਾ ਬਹੁਤ ਐਕਸਟ੍ਰੀਮ ਤੱਕ ਖਿੱਚਿਆ ਨਹੀਂ ਮੇਰੇ ਅੰਦਰ ਆਪਣਾ ਇਰਾਦਾ ਕਲੀਅਰ ਸੀ ਕਿ ਮੈਂ ਕੀ ਕਰਨਾ ਤੇ ਹੁਣ ਘਰ ਵਾਲਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕਨਵਿੰਸ ਕਰਨਾ ਸੀ ਉਹਨਾਂ ਨੂੰ ਕਦੇ ਮੈਂ ਚੀਟ ਨਹੀਂ ਕੀਤਾ देयर इज ਅ ਡਿਫਰੈਂਸ ਮਤਲਬ ਚੀਟ ਕਰਨਾ ਕੁਝ ਸਮੇਂ ਲਈ ਠੀਕ ਹੈ ਮੈਂ ਉਹਨਾਂ ਨੂੰ ਕੁਝ ਚੀਜ਼ਾਂ ਨਹੀਂ ਦੱਸੀ ਠੀਕ ਹੈ ਤੇ ਕਨਵਿੰਸ ਵੀ ਮੈਂ ਕਰਦੀ ਰਹੀ ਪਰ ਉਹ ਕਨਵਿੰਸ ਵੀ ਸ਼ਾਇਦ ਬਹੁਤ ਅੱਛੇ ਤਰੀਕੇ ਨਾਲ ਨਹੀਂ ਹੋਏ ਤੇ ਮੈਨੂੰ ਫਿਰ ਝੂਠ ਬੋਲਣਾ ਪਿਆ ਮੈਂ ਉਹਨਾਂ ਨੂੰ ਕਿਹਾ ਕਿ ਹైదరాబాద్ ਦੇ ਵਿੱਚ ਮੇਰੇ ਕੋਲ ਇੱਕ ਜੌਬ ਓਪਰਚ्युनिटी ਹੈ ਮੈਨੂੰ ਇੱਕ ਕੰਪਨੀ ਤੋਂ ਆਫਰ ਆਇਆ ਹੈ ਹਾਲਾਂਕਿ ਮੇਰੇ ਕੋਲ ਕੋਈ ਆਫਰ ਨਹੀਂ ਸੀ ਪਰ ਮੈਨੂੰ ਹైదరాబాద్ ਤੋਂ ਇਲਾਵਾ ਕੋਈ ਹੋਰ ਸਿਟੀ ਦਿਖ ਨਹੀਂ ਰਿਹਾ ਸੀ ਜਿਹਦੇ ਥਰੂ ਮੈਂ ਇਹ ਆਪਣਾ ਅੱਗੇ ਪੜਨ ਦਾ ਸੁਪਨਾ ਕਹਿ ਲਓ ਜਾਂ ਇੱਕ ਖੁਆਇਸ਼ ਕਹਿ ਲਓ ਜਾਂ ਇੱਕ ਅੰਦਰ ਤੋਂ ਜਿਹੜੀ ਆਵਾਜ਼ ਆ ਰਹੀ ਸੀ ਉਹਨੂੰ ਪੂਰੀ ਕਰ ਸਕਦੀ ਸੀ किसी ना किसी तरह मैं दोबारा हैदराबाद गई उ मेरे कुछ कॉन्टैक्ट है और मैं कोई फुल टाइम जॉब नहीं लै सकती मैंने पैसे की जरूरत सी पर मैं फुल टाइम जॉब नहीं लै सकती क्योंकि मैं अपना टाइम और एनर्जी पढ़ाई लगाना सी अगर मैं ना पढ़ दी तो मेरा कोई एंट्रेंस टैसट क्लीयर नहीं होना सी तो मैं फिर एक स्कूल की जॉब लीती किंडरकार बच्चा वाला नर्सरी एल के जी यूके जी ਉੱਥੇ 8 ਤੋਂ 3 ਦਾ ਟਾਈਮ ਹੁੰਦਾ ਸੀ ਮੈਂ ਉੱਥੇ ਪੜਾਂਦੀ ਸੀ ਔਰ ਵਾਪਸ ਆ ਕੇ ਬੁੱਕਸ ਖਰੀਦੀ ਹੋਈ ਸੀ ਮੇਰੀ ਮੈਂ ਉੱਪਰ ਪੜਦੀ ਸੀ ਇਸੇ ਦੋ ਅਜੀਮ ਪ੍ਰੀਮ ਜੀ ਜਦੋਂ ਗਏ ਉਹ ਤੋਂ ਪਹਿਲਾਂ ਅਜੀਮ ਪ੍ਰੀਮ ਜੀ ਤੋਂ ਪਹਿਲਾਂ 2015 ਦੀ ਉਹ ਦਾ ਐਂਟ੍ਰਾਂਸ ਸੀਗਾ ਉਹਦਾ ਵੀ ਹਾਂਜੀ ਮੈਂ ਦੱਸਦੀ ਆ ਇਹ 2015 ਦੀ ਗੱਲ ਹੈ ਕਿਉਂਕਿ 2014 ਦੇ ਵਿੱਚ ਮੇਰਾ ਕੋਈ ਐਂਟ੍ਰਾਂਸ ਕਲੀਅਰ ਨਹੀਂ ਹੋਇਆ ਸੀ ਫਿਰ ਮੈਂ ਦੁਬਾਰਾ ਅਪਲਾਈ ਕੀਤਾ ਬਿਕੋਜ਼ ਉਹ ਮਾਈਂਡ ਦੇ ਵਿੱਚ ਕਲੀਅਰ ਸੀਗਾ ਕਿ ਕੀ ਕਰਨਾ ਹੈ ਇੱਕ ਤਾਂ ਮੈਨੂੰ ਥੋੜੀ ਜੀ ਅਰਨਿੰਗ ਚਾਹੀਦੀ ਸੀ ਉਸ ਸਮੇਂ ਜਿਹੜੀ ਉਹ ਸਕੂਲ ਦੀ ਜੌਬ ਤੋਂ ਮੇਰੇ ਕੋਲ ਆ ਗਈ ਉਹ ਸ਼ਾਇਦ 7 ਜਾਂ 8000 ਰੁਪਏ ਮਿਲਦੇ ਸੀ 2.5-3000 ਰੁਪਿਆ ਇੱਕ ਛੋਟੇ ਜਿਹੇ ਕਮਰੇ ਦਾ ਕਿਰਾਇਆ ਹੁੰਦਾ ਸੀ ਬਾਕੀ ਖਾਣਾ ਪੀਣਾ ਹੁੰਦਾ ਸੀ ਹੋਰ ਵੀ ਜਿਹੜਾ ਬੁੱਕਸ ਐ ਫੀਸ ਐ ਉਹਦੇ ਵਿੱਚ ਲੱਗਦਾ ਸੀ ਤੇ 8 ਮਹੀਨੇ ਉਹ ਕੰਟੀਨਿਊ ਕੀਤਾ ਔਰ ਫਿਰ ਮੈਨੂੰ ਦੋ ਹੋਰ ਇੰਸਟੀਟਿਊਟਸ ਦਾ ਪਤਾ ਲੱਗਿਆ ਇਹ ਚਾਰ ਯੂਨੀਵਰਸਿਟੀਆਂ ਦਾ ਪਹਿਲਾਂ ਹੀ ਸੀਗੀ ਟਾਟਾ ਇੰਸਟੀਟਿਊਟ ਆਫ ਸੋਸ਼ਲ ਸਾਇੰਸਿਸ ਔਰ ਅਜੀਮ ਪ੍ਰੇਮਜੀ ਯੂਨੀਵਰਸਿਟੀ ਮੈਂ ਨਾ ਦੋਨਾਂ ਦਾ ਐਂਟ੍ਰੈਂਸ ਟੈਸਟ ਦਿੱਤਾ ਕਲੀਅਰ ਹੋਇਆ ਦੋਨਾਂ ਦਾ ਇੰਟਰਵਿਊ ਦਿੱਤਾ ਇੰਟਰਵਿਊ ਵੀ ਕਲੀਅਰ ਹੋਇਆ ਟੈਸਟ ਦੇ ਵਿੱਚ ਮੈਨੂੰ ਐਡਮਿਸ਼ਨ ਮਿਲਿਆ ਸੀ ਮਾਸਟਰਸ ਇਨ ਨੈਚੁਰਲ ਰਿਸੋਰਸਸ ਐਂਡ ਗਵਰਨੈਂਸ ਉਹਨਾਂ ਦਾ ਜਿਹੜਾ ਹైదరాబాద్ ਸੈਂਟਰ ਹੈ ਔਰ ਬੈਂਗਲੌਰ ਦੇ ਵਿੱਚ ਅਜੀਮ ਪ੍ਰੇਮ ਜੀ ਯੂਨੀਵਰਸਿਟੀ ਦੇ ਵਿੱਚ ਸੀਗਾ ਮਾਸਟਰਸ ਇਨ ਡਿਵੈਲਪਮੈਂਟ ਤਾਂ ਮਾਸਟਰਸ ਇਨ ਡਿਵੈਲਪਮੈਂਟ ਇੱਕ ਹੋਲਿਸਟਿਕ ਕੋਰਸ ਹੈ ਨੈਚੁਰਲ ਰਿਸੋਰਸਸ ਐਂਡ ਗਵਰਨੈਂਸ ਥੋੜਾ এনवायरमेंट ਦੀ ਤਰਫ ਜ਼ਿਆਦਾ ਐਨਕਲਾਈਨਡ ਹੋ ਜਾਂਦਾ ਹੈ ਹਾਲਾਂਕਿ ਮੇਰਾ ਜਿਹੜਾ ਇਨਕਲਾਈਨਸ਼ਨ ਸੀਗਾ ਉਹ এনवायरमेंट ਫਾਰਮਿੰਗ ਨੈਚੁਰਲ ਰਿਸੋਰਸਸ ਹੀ ਸੀ ਪਰ ਮੈਂ ਮਾਸਟਰਸ ਇਨ ਡਿਵੈਲਪਮੈਂਟ ਕਰਨਾ ਪ੍ਰੇਫਰ ਕੀਤਾ ਉਸ ਸਮੇਂ ਵੀ ਜਦੋਂ ਐਡਮਿਸ਼ਨ ਹੋ ਗਿਆ ਬਹੁਤ ਜ਼ਿਆਦਾ ਮੈਨੂੰ ਸਪੋਰਟ ਨਹੀਂ ਮਿਲੀ ਘਰਵਾਲਿਆਂ ਤੋਂ ਪਰ ਘਰਵਾਲਿਆਂ ਨੇ ਉਹਨੂੰ ਕੋਈ ਜ਼ਿਆਦਾ ਮਤਲਬ ਉਹਦਾ ਵਿਰੋਧ ਵੀ ਨਹੀਂ ਕੀਤਾ ਕਿ ਠੀਕ ਹੈ ਚਲੋ ਫਾਈਨ ਫਿਰ ਆ ਗਈ ਫੀਸ ਦੀ ਗੱਲ ਤੇ ਮੇਰੇ ਕੋਲ ਪੈਸੇ ਵੀ ਨਹੀਂ ਸੀ ਤਾਂ ਫੀਸ ਵੀ ਘਰਵਾਲਿਆਂ ਤੋਂ ਲੈਣੀ ਪਈ ਪਹਿਲੇ ਸੈਮੈਸਟਰ ਦੀ ਤਾਂ ਉਹਨਾਂ ਨੇ ਸਪੋਰਟ ਕੀਤਾ ਮੈਨੂੰ ਪਹਿਲੇ ਸੈਮੈਸਟਰ ਲਈ ਹੁਣ ਜਦੋਂ ਦੂਜੇ ਸੈਮੈਸਟਰ ਦੀ ਫੀਸ ਦੀ ਗੱਲ ਆਈ आई also फेल्ट ऑकवर्ड क्योंकि घर की भी इन्नी अच्छी कंडीशन नहीं है कि मैं बार बार मंगा आई also अंडरसटैंड दैट तो मेरे को कोई रस्ता भी नहीं फिर मैं यूनिवर्सिटी अप्रोच किया कि फाइनेंशियल पोजिशन uh, बहुत अच्छी नहीं है कैन आई गैट सम स्कॉलरशिप तो मैं फिफ्टी परसेंट स्कॉलरशिप मिली जो बाकी दे तीन स्कॉलरशिप नाल काम आसान होया दो साल फिर मैं दो हज़ार सोलह तो लैके अठारह तक ਬੈਂਗਲੌਰ ਦੇ ਵਿੱਚ ਸੀਗੇ ਉੱਥੇ ਪੜ੍ਹਾਈ ਕੀਤੀ ਤੇ ਪਹਿਲੀ ਵਾਰ ਇਹ ਦਿਮਾਗ 'ਚ ਕਦੋਂ ਆਇਆ ਕਿ ਜਿਹੜਾ ਤੁਸੀਂ ਕਹਿੰਦੇ ਹੋ ਨਾ ਕੋਈ ਕਿਸੇ ਵੀ ਬੰਦੇ ਦੇ ਅੰਦਰ ਕੋਈ ਉਹ ਕਨੈਕਸ਼ਨ ਹੁੰਦਾ ਹੈਗਾ ਜਾਂ ਰਵਾਈਵ ਹੁੰਦਾ ਜਾਂ ਕਿਤੇ ਮੈਨੂੰ ਲੱਗਦਾ ਹੁੰਦਾ ਬਹੁਤ ਹੀ ਸਾਡੀ ਕਿਸੇ ਪੁਰਖਿਆਂ 'ਚੋਂ ਪਿਆ ਹੁੰਦਾ ਕਿਤੇ ਨਾ ਕਿਤੇ ਕੋਈ ਗੱਲ ਹੁੰਦੀ ਹੈ ਕੋਈ ਚੀਜ਼ ਤੁਹਾਨੂੰ ਕਨੈਕਟ ਕਰਦੀ ਹੈਗੀ ਜਿੱਥੇ ਤੁਸੀਂ ਅੱਜ ਬੈਠੇ ਹੋਗੇ ਜਾਂ ਜਿਹੜਾ ਕੰਮ ਤੁਸੀਂ ਹੁਣ ਕਰ ਰਹੇ ਹੋ ਇਹ ਕਿਹੜੀ ਚੀਜ਼ ਨੇ ਕੀਤਾ ਸੀ ਇਕੋ ਇੱਕ ਪਰਟੀਕੂਲਰ ਚੀਜ਼ ਜਾਂ ਕੋਈ ਪਰਸਨ ਨਹੀਂ ਹੈ ਸ਼ਾਇਦ ਇਹ ਇੱਕ ਸੀਰੀਜ਼ ਆਫ ਇਵੈਂਟਸ ਹੈ ਬਚਪਨ ਤੋਂ ਹੀ ਮੇਰਾ ਜਿਹੜਾ ਥੋੜਾ ਨੇਚਰ ਹੈ ਉਹ ਇੰਟਰਵਰਟ ਟਾਈਪ ਰਿਹਾ ਮੈਂ ਬਹੁਤ ਜ਼ਿਆਦਾ ਸ਼ੋਸ਼ੀਅਲਾਈਜ਼ ਨਹੀਂ ਕਰ ਪਾਂਦੀ ਅੱਜ ਤੱਕ ਨਹੀਂ ਕਰ ਪਾਂਦੀ ਮੇਰੀ 33 ਸਾਲ ਦੀ ਉਮਰ ਹੋ ਗਈ ਹੈ ਮੈਂ ਮਤਲਬ ਸ਼ਾਇਦ ਹਰ ਕਿਸੇ ਦੇ ਨਾਲ ਗੱਲ ਕਰਕੇ ਕੰਫਰਟੇਬਲ ਵੀ ਮਹਿਸੂਸ ਨਹੀਂ ਕਰਦੀ ਜਿੱਥੇ ਮੈਨੂੰ ਸਾਮਨੇ ਵਾਲੇ ਦੇ ਉਤੇ ਵਿਸ਼ਵਾਸ ਨਾ ਹੋਵੇ ਜਾਂ ਕੁਝ ਵੀ ਮਤਲਬ ਕੁਝ ਲੋਕਾਂ ਦਾ ਹੁੰਦਾ ਹੈ ਕਿ ਕਿਸੇ ਦੇ ਵੀ ਨਾਲ ਗੱਲ ਕਰ ਲੈਂਦੇ ਨੇ ਕਿਸੇ ਦੇ ਵੀ ਨਾਲ ਉੱਠ ਬੈਠ ਜਾਂਦੇ ਨੇ ਪਰ ਮੇਰਾ ਬਚਪਨ ਤੋਂ ਹੀ ਹੈ ਕਜ਼ਨਸ ਵੀ ਆਉਂਦੇ ਸੀ ਘਰ ਦੇ ਵਿੱਚ ਮਾਮੇ ਦੇ ਬੂਆ ਦੇ ਮਸੀ ਦੇ ਤਾਂ ਮੈਨੂੰ ਹਰ ਕਿਸੇ ਦੇ ਨਾਲ ਮਿਕਸ ਅਪ ਹੋਣਾ ਮੁਸ਼ਕਿਲ ਹੋ ਜਾਂਦਾ ਸੀ ਮੈਨੂੰ ਨਹੀਂ ਪਤਾ ਕਿਉਂ ਮੇਰਾ ਸ਼ੁਰੂ ਤੋਂ ਹੀ ਇਸ ਤਰ੍ਹਾਂ ਦਾ ਰਿਹਾ ਹੈ ਪਰ ਜਿਹੜੀ ਚੀਜ਼ ਆਪਣੇ ਮਨ ਨੂੰ ਠੀਕ ਨਹੀਂ ਲੱਗਦੀ ਉਹ ਮੈਂ ਸ਼ਾਇਦ ਕਦੇ ਕੀਤੀ ਨਹੀਂ ਹੈ ਮੈਨੂੰ ਇਹਦਾ ਬਹੁਤ ਸਾਰਾ ਕੁਝ ਅਦਰਵਾਈਜ਼ ਵੀ ਚੇਲਣਾ ਪਿਆ ਲਾਈਫ ਦੇ ਵਿੱਚ ਬਟ ਆਮ ਪ੍ਰੀਟੀ ਓਕੇ ਵਿਦ दैट ਕਿਉਂਕਿ ਮੈਨੂੰ ਲੱਗਦਾ ਹੈ ਕਿ ਉਹਨੇ ਮੇਰੇ ਅੰਦਰ ਇੱਕ ਤਰ੍ਹਾਂ ਦਾ ਆਤਮ ਵਿਸ਼ਵਾਸ ਪੈਦਾ ਕੀਤਾ ਮੈਂ ਇਹ ਨਹੀਂ ਕਹਿੰਦੀ ਕਿ ਮੈਂ ਹਮੇਸ਼ਾ ਠੀਕ ਹੀ ਹੁੰਨੀ ਆ देयर इज ਅ ਡਿਫਰੈਂਟ ਡਿਸਕਸ਼ਨ ਔਨ ਬੀਇੰਗ ਰਾਈਟ ਐਂਡ ਰੋਂਗ ਪਰ ਇੱਕ ਅੰਦਰ ਤੋਂ ਜਿਹੜੀ ਆਵਾਜ਼ ਆਂਦੀ ਹੈ ਉਹਨੂੰ ਪਹਿਚਾਨ ਕੇ ਉਹਨੂੰ ਅੱਗੇ ਜੀਣਾ ਉਹਨੂੰ ਪਰਸਿਊ ਕਰਨਾ ਤਾਂ ਉਹ ਜਿਹੜਾ ਹੈਗਾ ਨਾ ਉਹ ਫਿਰ ਇੱਕ ਤਰ੍ਹਾਂ ਦਾ ਦੱਸਦਾ ਕਿ ਵਾਟ ਯੂ ਹੈਵ ਡਨ ਔਰ ਵਾਟ ਯੂ ਹੈਵ ਅਚੀਵਡ ਇਟ ਇਜ਼ ਯੂਅਰਸ ਮਤਲਬ ਉਹ ਕਿਸੇ ਨੇ ਤੁਹਾਨੂੰ ਗਿਫਟ ਨਹੀਂ ਕੀਤਾ ਜਾਂ ਕਿਸੇ ਨੇ ਤੁਹਾਨੂੰ ਲਿਆ ਕੇ ਦਿੱਤਾ ਨਹੀਂ ਹੈ ਯੂ ਹੈਵ ਵਰਕਡ ਫੋਰ ਇਟ ਐਂਡ ਦੈਟ ਇਜ਼ ਹਾਊ ਯੂ ਹੈਵ ਰੀਚਡ ਹੇਅਰ ਤੁਸੀਂ ਇੱਥੇ ਪਹੁੰਚੇ ਹੋ ਕਦੋਂ ਆਵਾਜ਼ ਕਦੋਂ ਆਈ ਪਹਿਲੀ ਵਾਰ ਇਹ ਮੈਂ ਨਹੀਂ ਜਾਣਦੀ ਕਦੋਂ ਆਈ ਪਰ ਜਦੋਂ ਮੈਂ ਹైదరాబాద్ ਦੇ ਵਿੱਚ ਸੀਗੀ ਸਰਟੇਨਲੀ ਮੇਰਾ ਇੱਕ ਦੋਸਤ ਹੈ ਤਾਂ ਉੱਥੋਂ ਇਹ ਸਾਰਾ ਸ਼ੁਰੂ ਹੋਇਆ ਹਾਲਾਂਕਿ ਇਹ ਪਹਿਲਾਂ ਵੀ ਸੀਗਾ ਤੇ ਮੈਂ ਕੁਝ ਕਿਤਾਬਾਂ ਵੀ ਪੜੀਆਂ ਐਨਸੀਆਰਟੀ ਅਸੀਂ ਤਾਂ ਪੰਜਾਬੀ ਬੋਰਡ ਤੋਂ ਪੜੇ ਸੀਗੇ ਪੰਜਾਬ ਬੋਰਡ ਤੋਂ ਪੰਜਾਬ ਪੰਜਾਬੀ ਉਹਦੀ ਉਹ ਸੀਗੀ ਸਕੂਲ এডਿਕੇਸ਼ਨ ਹਾਂਜੀ ਮਤਲਬ ਕੀ ਕਹਿੰਦੇ ਔਨੂੰ ਲੈਂਗੁਏਜ ਲੈਂਗੁਏਜ ਪੰਜਾਬੀ ਲੈਂਗੁਏਜ ਦੇ ਵਿੱਚ ਹੀ ਪੜਿਆ ਸੀਗਾ ਪਰ ਫਿਰ ਮੈਂ ਐਨਸੀਆਰਟੀ ਬੁక్స్ ਸਾਰੀ ਡਾਊਨਲੋਡ ਕੀਤੀ ਫਰਸਟ ਕਲਾਸ ਤੋਂ ਲੈ ਕੇ 12th ਤੱਕ ਉਹ ਹੁਣ ਵੀ ਮੇਰੇ ਕੰਪਿਊਟਰ ਦੇ ਵਿੱਚ ਹੈ ਇੰਗਲਿਸ਼ ਸੋਸ਼ਲ ਸਾਇੰਸ ਮੈਥਮੈਟਿਕਸ ਸਾਇੰਸ ਤੋਂ ਜਿਹੜੇ ਸਾਰੇ ਬੇਸਿਕ ਕਨਸੈਪਟ ਸੀਗੇ এডੂਕੇਸ਼ਨ ਵਾਈਜ਼ ਮੈਂ ਉਹ ਕਲੀਅਰ ਕੀਤੇ ਫਿਰ ਮੈਨੂੰ ਇੱਕ ਵੀਡੀਓ ਮਿਲੀ ਰੈਂਡਮਲੀ ਐਨਡੀ ਟੀਵੀ ਤੇ ਇੱਕ ਇੰਟਰਵਿਊ ਸੀਗਾ ਅਨੁਪਮ ਮਿਸ਼ ਗਾਂਧੀ ਪੀਸ ਫਾਊਂਡੇਸ਼ਨ ਦੇ ਵਿੱਚੋਂ ਰਹੇ ਹਨ ਗਾਂਧੀ ਮਾਰਕ ਕਰਕੇ ਇੱਕ ਮੈਗਜ਼ੀਨ ਵੀ ਆਂਦੀ ਸੀ ਮੈਂ ਉਹਨਾਂ ਨੂੰ ਸੁਣਿਆ ਉਹਨਾਂ ਨੇ ਪਾਣੀ ਦੀ ਗੱਲ ਕੀਤੀ ਰਾਜਸਥਾਨ ਦੇ ਵਿੱਚ ਪਾਣੀ ਉਹ ਕਿਵੇਂ ਬਚਾਉਂਦੇ ਨੇ ਕਿਵੇਂ ਉਹਨਾਂ ਦੇ ਟ੍ਰੈਡੀਸ਼ਨਲ ਵਾਟਰ ਹਾਰਵੈਸਟਿੰਗ ਸਟਰਕਚਰਸ ਹਨ ਉਹ ਇੰਟਰਵਿਊ ਸੁਨਿਆ ਤੇ ਫਿਰ ਮੇਰਾ ਇਹ ਸੋਸ਼ਲ ਸਾਇੰਸਿਸ ਵੱਲ ਰੁਝਾਨ ਹੋ ਗਿਆ ਤੇ ਇਸ ਤਰ੍ਹਾਂ ਦੀ ਮੈਂ ਪੋਲੀਟੀਕਲ ਸਾਇੰਸ ਪੜ੍ਹੀ ਸੋਸ਼ਲ ਸਾਇੰਸ ਪੜ੍ਹੀ ਐਨਥਰੋਪੋਲੋਜੀ ਪੜ੍ਹੀ ਕਿ ਦੇਸ਼ ਦੇ ਵਿੱਚ ਕਨਸਟੀਟਿਊਸ਼ਨ ਦਾ ਕੀ ਸਿਸਟਮ ਹੈ ਡੈਮੋਕ੍ਰੇਸੀ ਦਾ ਕੀ ਸਿਸਟਮ ਹੈ ಗ್ರಾಮ ਪੰਚਾਇਤ ਦਾ ਕੀ ਸਿਸਟਮ ਹੈ ਪਹਿਲਾਂ ਕਦੇ ਨਹੀਂ ਪੜ੍ਹੇ ਸੀ ਇਹ ਸਬਜੈਕਟ ਤਾਂ ਸਾਰਾ ਸੋਸ਼ਲ ਸਾਇੰਸਿਸ ਸਾਰੀ ਲਾਈਫ ਸਾਇੰਸਿਸ ਉਹਨੂੰ ਮੈਂ ਇੱਕ ਤਰ੍ਹਾਂ ਦਾ ਰਿਵਾਈਜ਼ ਕੀਤਾ ਸੀਸੀਐਮਬੀ ਦੇ ਵਿੱਚ ਰਹਿੰਦੇ ਹੋਏ ਔਰ ਉੱਥੇ ਮੈਂ ਆਪਣਾ ਕੰਮ ਵੀ ਕਰਦੀ ਸੀ ਪ੍ਰੋਟੀਓਮਿਕਸ ਔਰ ਮੋਲੀਕੂਲਰ ਬਾਇਓਲੋਜੀ ਮੇਰੇ ਕੋਲ ਸਬਜੈਕਟ ਸੀ तो मैं वो पर्टिकुलर कोई इंसिडेंट या पर्टिकुलर कोई परसन नहीं दस सकती कि जिन्हें मेरे अंदर ये इवोक किया पर मैंने लगता है कि वो हैदराबाद जाके मेरे सामने ओपन ग्राउंड जिन्हों मैं जिमें भी यूज़ कर सकती या उ मैं अपने मन का प्ले कर सकती सी मेरे उत्ते उ कोई प्रेशर नहीं सी। मतलब फैमिल का प्रैशर नहीं ओलदो आई फेल्ट अलोन ऑन ओकेजनस कई तरह दर भी चीज़ा उथे हुई पर लाइफ का मतलब की है तीन अपनी लाइफ न कि परस्यू कर तो मैं लगता जाके मेरे अंदर यह चीज़ आई उर बहुत सह जे साडे पी आई सके प्रिंसीपल इनवैसटीगेटर उन्होंने कहें जिना के अंडर असी काम करते कि पेपर पबलिश करो सैंस हों यू पबलिश और पेरिश या तो पब पब्लिश करो या पेरिश हो जाओ ठीक है अगर पब्लीकेशन नहीं होएगी सीवी कोई वैल्यू नहीं होएगी तुम कि पीएच डी नहीं कर सकोगे कोई रिसर्च नहीं कर ਉਹ ਸਾਰੇ ਪ੍ਰੈਸ਼ਰ ਸੀਗੇ ਬਟ ਗ੍ਰੈਜੂਲੀ ਆਈ ਮੂਵਡ ਅਵੇ ਫਰਮ ਇਟ ਔਰ ਜਦੋਂ ਮੈਂ ਸੋਸ਼ਲ ਸਾਇੰਸਿਸ ਦੇ ਵਿੱਚ ਆਈ ਤਾਂ ਮੈਨੂੰ ਇੱਕ ਤਰ੍ਹਾਂ ਦਾ ਹੋਰ ਆਪਣੇ ਉੱਤੇ ਆਇਆ ਕਿ ਮੈਂ ਫੇਰ ਅੱਗੇ ਕਿਵੇਂ ਇਦਿੱਤੇ ਕੰਮ ਕਰਨਾ ਹੋਰ ਉਹ ਡਾਇਰੈਕਸ਼ਨ ਮਿਲਦੀ ਗਈ ਮਤਲਬ ਗ੍ਰਾਮ ਸਵਰਾਜ ਵੀ ਦਾ ਰੈਫਰੈਂਸ ਬਣੀ ਤੁਹਾਡੀ ਲਾਈਫ ਵਿੱਚ ਗ੍ਰਾਮ ਸਵਰਾਜ ਮੇਰਾ ਰੈਫਰੈਂਸ ਬਣੀ ਅਜੀਮ ਪ੍ਰੇਮ ਜੀ ਯੂਨੀਵਰਸਿਟੀ ਦੇ ਵਿੱਚ ਉੱਥੇ ਯੂਨੀਵਰਸਿਟੀ ਦੇ ਵਿੱਚ ਲਾਈਬ੍ਰੇਰੀ ਚ ਜਾ ਕੇ ਮੈਨੂੰ ਉਹ ਕਿਤਾਬ ਮਿਲੀ ਰੈਂਡਮਲੀ ਪਿੱਕ ਕੀਤੀ ਮੈਨੂੰ ਕਿਸੇ ਨੇ ਸੁਜੈਸਟ ਨਹੀਂ ਕੀਤੀ ਤੇ ਜਦੋਂ ਮੈਂ ਪੜ੍ਹੀ ਤਾਂ ਉਹਨੇ ਮੈਨੂੰ ਟਰਾਂਸਫਾਰਮ ਕੀਤਾ ਕਾਫੀ ਅੰਦਰ ਤੱਕ ਟਰਾਂਸਫਾਰਮ ਕੀਤਾ ਆਮ ਤੌਰ ਤੇ ਜਿਹੜੇ ਸਟੂਡੈਂਟ ਆ ਆਮ ਤੌਰ ਦੇ ਉੱਤੇ ਜਾਂ ਤੇ ਉਹ ਲੈਫਟ ਹੋ ਜਾਂਦੇ ਨੇ ਜਾਂ ਰਾਈਟ ਹੋ ਜਾਂਦੇ ਨੇ ਕੁਝ ਬੜਾ ਸੈਂਟਰ ਮਤਲਬ ਆਮ ਜ਼ਿਆਦਾਤਰ ਮੈਂ ਦੇਖਦਾ ਗਾਂਦੀਅਨ ਹੋਏ ਸਟੂਡੈਂਟ ਬਹੁਤ ਘੱਟ ਦੇਖਿਆ ਨੇ ਮੈਂ ਮੇਰੀ ਲਾਈਫ ਦੇ ਐਕਸਪੀਰੀਅੰਸ 'ਚ ਮੈਂ ਜਾਂ ਤਾਂ ਲੋਕ ਲੈਫਟ ਹੁੰਦੇ ਦੇਖਿਆ ਜਾਂ ਰਾਈਟ ਹੁੰਦੇ ਦੇਖਿਆ ਮੈਂ ਤੁਹਾਨੂੰ ਸੱਚ ਦੱਸਾਂ ਮੈਨੂੰ ਅੱਜ ਤੱਕ ਸੈਂਟਰ ਤੇ ਬਹੁਤ ਲਾਸਟ ਏਜ ਚ ਆ ਕੇ ਬੰਦੇ ਸਮਝ ਕੇ ਫੇਰ ਕਿਤੇ ਸੈਂਟਰ ਚ ਆਉਂਦਾ ਮੈਨੂੰ ਅੱਜ ਤੱਕ ਲੈਫਟ ਰਾਈਟ ਦਾ ਮਤਲਬ ਪਤਾ ਹੀ ਨਹੀਂ ਹੈ ਮੈਂ ਸੀਸੀਐਮਬੀ ਦੇ ਵਿੱਚ ਰਹੀ ਉੱਥੇ ਸ਼ਾਇਦ ਉਹ ਲੈਫਟੀ ਸਟੋਰ ਸੈਕੂਲਰ ਮਾਹੌਲ ਹੁੰਦਾ ਸੀ ਇੱਥੇ ਮੈਂ ਉਮੇਂਦਰ ਜੀ ਦੇ ਕੋਲ ਆਈ ਇੱਥੇ ਸ਼ਾਇਦ ਉਹ ਰਾਈਟ ਮੈਂ ਕਦੇ ਉਸ ਤਰ੍ਹਾਂ ਸੋਚਿਆ ਹੀ ਨਹੀਂ ਲੈਫਟ ਰਾਈਟ ਔਰ ਸੈਂਟਰ ਵਾਲਾ ਮੇਰੇ ਦਿਮਾਗ 'ਚ ਕਦੇ ਇਹ ਚੀਜ਼ ਆਈ ਨਹੀਂ ਔਰ ਨਾ ਹੀ ਮੈਂ ਕਦੇ ਸੋਚਿਆ ਵੀ ਮੈਂ ਗਾਂਧੀਆਂ ਲਾਈਨ ਨੂੰ ਪਕੜਨਾ ਹੈ ਮੈਂ ਗਾਂਧੀ ਜੀ ਨੂੰ ਐਪਰੀਸ਼ੀਏਟ ਕਰਦੀ ਆ ਉਹਨਾਂ ਨੂੰ ਬਹੁਤ ਰਿਗਾਰਡ ਕਰਦੀ ਆ ਮਨ ਦੇ ਵਿੱਚ ਪਰ ਆਈ ਡੋਟ ਸੇ ਮਾਈਸੈਲਫ ਐਜ਼ ਅ ਗਾਂਧੀਆਂ ਮੈਂ ਮਤਲਬ ਰਿਜਿਡ ਨਹੀਂ ਆ ਕਿ ਉਹ ਐਸਾ ਹੀ ਹੋਣਾ ਚਾਹੀਦਾ ਹੈ ਕਿ ਇਹ ਚੀਜ਼ ਸੈੱਟ ਹੋ ਗਈ ਲਾਈਫ ਲਾਈਫ ਦੇ ਵਿੱਚ ਜੋ ਵੀ ਚੀਜ਼ਾਂ ਹੁੰਦੀਆਂ ਨਾਥਿੰਗ ਇਜ਼ ਪਰਮਨੈਂਟ ਏਵਰੀਥਿੰਗ ਇਜ਼ ਟੈਂਪਰੇਰੀ ਮੈਂ ਬਿਲੀਵ ਕਰਦੀ ਆ ਉਹਦੇ ਵਿੱਚ ਕੋਈ ਵੀ ਚੀਜ਼ ਹੈ ਉਹ ਕੁਝ ਪਾਰਟਿਕੂਲਰ ਟਾਈਮ ਦੇ ਲਈ ਰਹਿੰਦੀ ਹੈ ਅੱਛੀ ਚੀਜ਼ ਹੈ ਬੁਰੀ ਚੀਜ਼ ਹੈ ਐਂਡ ਦੈਨ ਵੀ ਕੀਪ 무ਵਿੰਗ ਇਨ आवर ਲਾਈਫ ਤਾਂ ਸਾਨੂੰ ਕਿਤੋਂ ਕੋਈ ਡਾਇਰੈਕਸ਼ਨ ਮਿਲਦੀ ਹੈ ਕਿਤੋਂ ਕੋਈ ਪੋਜ਼ਿਟਿਵਿਟੀ ਮਿਲਦੀ ਹੈ ਅਸੀਂ ਉਹਦੇ ਤੇ ਵੱਧਦੇ ਆ ਪਰ ਮੈਨੂੰ ਨਹੀਂ ਲੱਗਦਾ ਕਿ ਮੈਂ ਕਿਸੇ ਇੱਕ ਚੀਜ਼ ਤੇ ਸਟ੍ਰਿਕਟ ਕਰਦੀ ਆ ਕਿਉਂਕਿ ਜਿਹੜਾ ਮਨ ਹੈ ਉਹ ਫਲੈਕਸੀਬਲ ਹੈ ਹਾਂ ਪਰ ਮਨ ਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ ਕਿ ਅੱਜ ਅਸੀਂ ਕੋਈ ਦੂਜਾ ਕੰਮ ਕਰ ਰਹੇ ਆ ਕਿ ਕੱਲ ਨੂੰ ਕਿਤੇ ਹੋ ਰਹੀ ਬਹੁਤ ਐਕਸਟ੍ਰੀਮ ਹੋ ਜਾਈਏ ਆਮ ਨੋਟ ਟਾਕਿੰਗ ਇਨ 댓 ਸੈਂਸ ਪਰ ਆਮ ਨੋਟ ਰਿਸਟ੍ਰਿਕਟਿਡ ਟੂ ਐਨੀ ਪਾਰਟਿਕੂਲਰ ਥਿਉਰੀ অর ਪਰਸਨ ਆ ਵੁੱਡ ਕਲੀਅਰ 댓 ਪਰ ਗਾਂਧੀ ਬਾਰੇ ਕਿਹਾ ਜਾਂਦਾਗਾ ਕਿ ਗਾਂਧੀ ਨੇ ਇੰਨਾ ਜ਼ਿਆਦਾ ਲਿਖਿਆ ਕਿ ਉਹਨਾਂ ਨੂੰ ਕਿਸੇ ਵੀ ਖਾਕੇ ਚ ਫਿਟ ਕਰਨਾ ਤੇ ਉਹਨਾਂ ਨੂੰ ਸਾਰੇ ਫਿਟ ਕਰ ਲੈਂਦੇ ਨੇ ਗਾਂਧੀ ਨੂੰ ਜਿੱਥੇ ਲੈਫਟ ਨੂੰ ਠੀਕ ਲੱਗਦਾਗਾ ਸਾਨੂੰ ਪਤਾ ਲੈਨਨ ਤੇ ਗਾਂਧੀ ਚ ਸੰਵਾਦ ਵੀ ਹੈਗਾ ਹਣ ਤੇ ਗਾਂਧੀ ਰਾਈਟ ਦੇ ਵੀ ਰਾਈਟ ਵੀ ਉਹਨਾਂ ਨੂੰ ਸੈਲੀਬ੍ਰੇਟ ਕਰ ਲੈਂਦਾ ਇੱਕ ਹੱਦ ਤੱਕ ਜਾ ਕੇ ਹਨਾ ਜਦੋਂ ਕਾਸਟ ਦੇ ਕੁਐਸਚਨ ਤੇ ਬਹੁਤ ਸਾਰੇ ਪੂਨਾ ਪੈਕਟ ਦੇ ਟਾਈਮ ਜੇ ਤੁਸੀਂ ਥੋੜਾ ਬਹੁਤਾ ਚੀਜ਼ਾਂ ਪੜੀਆਂ ਹੋਣ ਫਿਰ ਗਾਂਧੀ ਐਂਡ ਤੇ ਅਗ ਨਥੂਰਾਮ ਗੋਂਡ세 ਵਰਸਸ ਗਾਂਧੀ ਹੋ ਜਾਂਦਾ ਹੈ ਗਾਂਧੀ ਨੂੰ ਮੈਂ ਕਿਹਾ ਰਾਈਟ ਵੀ ਕਰ ਲੈਂਦਾ ਗਾਂਧੀ ਨੂੰ ਲੈਫਟ ਵੀ ਕਿਤੇ ਉਹ ਕਰ ਲੈਂਦਾਗਾ ਗਾਂਧੀ ਨੂੰ ਸੈਂਟਰ ਵਾਲੇ ਵੀ ਆਪਣੇ ਤਰੀਕੇ ਨਾਲ ਵਰਤ ਲੈਂਦੇ ਨੇ ਤੁਹਾਨੂੰ ਕੀ ਲੱਗਦਾ ਗਾਂਧੀ ਲੈਫਟ ਸੀ ਜਾਂ ਰਾਈਟ ਸੀ ਜਾਂ ਸੈਂਟਰ ਸੀ ਮੈਨੂੰ ਨਹੀਂ ਪਤਾ ਮੈਂ ਕਦੇ ਇਸ ਤਰ੍ਹਾਂ ਸੋਚਿਆ ਨਹੀਂ ਮੈਂ ਗਾਂਧੀ ਜੀ ਨੂੰ ਜਿਹੜਾ ਐਪਰੀਸ਼ੀਏਟ ਕਰਦੀ ਆ ਉਹ ਉਹਨਾਂ ਦੀ ਮੂਲ ਭਾਵਨਾ ਭਾਰਤ ਨੂੰ ਲੈ ਕੇ ਭਾਰਤ ਦੇ ਪਿੰਡਾਂ ਨੂੰ ਲੈ ਕੇ ਉਹ ਭਾਰਤ ਦਾ ਜਿਹੜਾ ਸਾਧਾਰਨ ਵਿਅਕਤੀ ਹੈ ਕਿਸਾਨ ਹੈ ਕਾਰੀਗਰ ਹੈ ਕਾਰੀਗਰੀਆਂ ਹੈ ਪਿੰਡਾਂ ਦਾ ਕੀ ਸਟਰਕਚਰ ਹੈ ਮੈਂ ਉਹਨਾਂ ਦਾ ਉਹ ਜਿਹੜਾ ਪੱਖਸ਼ ਹੈ ਉਹ ਜਿਹੜਾ ਉਹਨਾਂ ਦਾ ਪਰਸਪੈਕਟਿਵ ਹੈ ਉਹਨੂੰ ਐਪਰੀਸ਼ੀਏਟ ਕਰਦੀ ਆ ਉਹਨੂੰ ਚੈਰਿਸ਼ ਕਰਦੀ ਆ ਔਰ ਇਹ लेफ्ट राइट ਸੈਂਟਰ ਲੈਨਨ ਮਾਰक्स आई डोंट गेट इंटू दैट मतलब आई कीप अवे फ्रॉम इट क्यों आई डोंट नो आई नेवर गॉट इंटू दैट मतलब मैं कदे उस तरह ओदे ਵਿੱਚ ਗਈ ਨਹੀਂ ਔਰ ਮੈਂ ਬਹੁਤ ਜ਼ਿਆਦਾ ਪੜਿਆ ਵੀ ਨਹੀਂ ਹਾਲਾਂਕਿ ਸਾਡੀ ਯੂਨੀਵਰਸਿਟੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਪੜਾਈ ਜਾਂਦੀ ਸੀ ਪਰ ਠੀਕ ਹੈ ਮੈਂ ਉਹਨੂੰ ਇੱਕ ਕੋਰਸ ਦੀ ਤਰ੍ਹਾਂ ਇੱਕ ਅਸਾਈਨਮੈਂਟ ਦੀ ਤਰ੍ਹਾਂ ਲਿੱਤਾ ਪਰ ਮੈਂ ਪਰਸਨਲੀ ਉਹਦੇ ਵਿੱਚ ਕਦੇ ਆਪਣਾ ਟਾਈਮ ਔਰ એનર્ਜੀ ਇਨਵੈਸਟ ਨਹੀਂ ਕੀਤੀ यह जड़ा मैं गांधी जी तो भारत के पिंडा बारे डायरेक्शन मिली बुनियादी शिक्षा की जी करते हैं कि जी एजुकेशन है वो सिर्फ स्कूल कॉलेज के नहीं है जोड़े साढ़े पुश्तैनी कारोबार होंगे सगे कोई जुलाहा है कोई कुम्हार है ठीक है ना कोई कलाकार है कोई कुछ है वह किमें अपनी अगली पीढ़ी नारी नॉलेज सारी, सारी विजडम और स्किल ट्रांसफर करता सी और किस्टम डिटीरियोरेट होया है ਕਿਵੇਂ ਇਹਦੇ ਵਿੱਚ ਬਦਲਾਅ ਆਇਆ ਹੈ ਤਾਂ ਮੈਂ ਉਹਨੂੰ ਅੱਜ ਦੇ ਸਮੇਂ ਨਾਲ ਜੋੜਦੀ ਆਂ ਉਹ ਮੈਂ ਪੰਜਾਬ ਤੋਂ ਬਿਲੋਂਗ ਕਰਦੀ ਆਂ ਮੇਰੀ ਭਾਸ਼ਾ ਪੰਜਾਬੀ ਹੈ ਹਾਲਾਂਕਿ ਸਾਡੇ ਘਰ ਦੇ ਵਿੱਚ ਇਹ ਭਾਸ਼ਾ ਨਹੀਂ ਬੋਲੀ ਜਾਂਦੀ ਅਸੀਂ ਪੰਜਾਬੀ ਹਰਿਆਣਵੀ ਔਰ ਹਿੰਦੀ ਦਾ ਮਿਕਸਚਰ ਜਿਹਾ ਬੋਲਦੇ ਆਂ ਸਾਡੀ ਭਾਸ਼ਾ ਉਹ ਪੁਆਦੀ ਕਹਿ ਦਿੰਦੇ ਆਂ ਅੰਬਾਲਾ ਚੰਡੀਗੜ੍ਹ ਪਟਿਆਲਾ ਵਾਲੇ ਇਲਾਕੇ ਦੀ ਇੱਥੇ ਆ ਕੇ ਹੀ ਪਹਿਲੀ ਵਾਰ ਮੈਂ ਇਸ ਤਰ੍ਹਾਂ ਦੀ ਪ੍ਰੋਪਰ ਪੰਜਾਬੀ ਬੋਲਣੀ ਸ਼ੁਰੂ ਕੀਤੀ ਹਾਲਾਂਕਿ ਮੈਂ ਲਿਖ ਲੈਨੀ ਆ ਪੜ੍ਹ ਲੈਨੀ ਆ ਪੰਜਾਬੀ ਕਿਉਂਕਿ ਪੰਜਾਬੀ ਮੀਡੀਅਮ ਹੀ ਸੀਗਾ ਮੇਰਾ ਤੇ ਉਹ ਜਿਹੜਾ ਗਾਂਧੀ ਜੀ ਦਾ ਪੱਖ ਹੈ ਕਿ ਭਾਰਤ ਦੇ ਪਿੰਡਾਂ ਦੀ ਕੀ ਮਹੱਤਤਾ ਹੈ ਕੀ ਜਾਨ ਹੈ ਔਰ ਭਾਰਤ ਪਿੰਡਾਂ ਦਾ ਦੇਸ਼ ਹੈ ਅਜੇ ਵੀ 65 ਤੋਂ 70% ਜਿਹੜੀ ਸਾਡੀ ਪੋਪੂਲੇਸ਼ਨ ਹੈ ਉਹ ਪਿੰਡਾਂ ਦੇ ਵਿੱਚ ਹੈ ਔਰ ਪਿੰਡ ਦੇ ਲੋਕ ਹੀ ਪ੍ਰੋਡਿਊਸਰ ਹੈ ਪ੍ਰੋਸੈਸਰ ਹੈ ਹਾਂ ਵੱਡੀ ਇੰਡਸਟਰੀਜ਼ ਅਲੱਗ ਚੀਜ਼ ਹੋ ਗਈ ਪਰ ਜਿਹੜਾ ਮਨੁੱਖ ਦੇ ਹੱਥ ਨੇ ਕੰਮ ਕਰਨਾ ਉਹ ਕਹਿੰਦੇ ਨਾ नोट मास प्रोडक्शन बट प्रोडक्शन बाय मासिस मतलब साढ़े कोल भारत की एक खूबसूरती है कि साढ़े को बहुत सारे हाथ हैं काम करने वाले ईलाबेन भट्ट हैं सेवा वाले सैल्फ एम्पलॉयड विमेनस एसोसीएशन गुजरात के हूँ तो वो नहीं रहे उन्होंने थोड़े टाइम पहले ही डैथ हुई है उन्होंने एक किताब है वी आर पुअर बट सो मैनी असी गरीब हाँ पर असी बहुत सारे हैं गिनती ताकत है ਤਾਂ ਇਹ ਜਦੋਂ ਮੈਂ ਇੱਥੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਆ ਕੇ ਦੇਖਿਆ ਤਾਂ ਮੈਨੂੰ ਇਹ ਸਾਰੀਆਂ ਚੀਜ਼ਾਂ ਕਨੈਕਟ ਹੋਈ ਅਸੀਂ ਪੜੇ ਲਿਖੇ ਲੋਗ ਬਾਰੋਂ ਬਹੁਤ ਫੈਂਸੀ ਆਈਡੀਆਜ਼ ਲੈ ਕੇ ਆਨੇ ਆ ਕਿ ਠੀਕ ਹੈ ਫਾਰਮਿੰਗ ਇਸ ਤਰ੍ਹਾਂ ਦੀ ਹੋਏਗੀ ਅਸੀਂ ਕੋਈ ਕੋਆਪਰੇਟਿਵ ਬਣਾਵਾਂਗੇ ਕੋਈ ਸੈਲਫ ਹੈਲਪ ਗਰੁੱਪ ਬਣਾਵਾਂਗੇ ਪਰ ਜਦੋਂ ਪਿੰਡਾਂ ਦੇ ਵਿੱਚ ਉਤਰਦੇ ਹਾਂ ਨਾ ਤਾਂ ਫਿਰ ਉਹ ਚੀਜ਼ਾਂ ਸਮਝ ਆਉਂਦੀਆਂ ਕਿ ਇਹਨਾਂ ਦੇ ਕੋਲ ਕੀ ਤਾਕਤ ਹੈ ਜਿਹੜਾ ਸਾਡਾ ਸੁਧਾਰਨ ਵਿਅਕਤੀ ਹੈ ਜਿਹਦੇ ਕੋਲ ਇਹ ਫਾਰਮਲ ਐਜੂਕੇਸ਼ਨ ਨਹੀਂ ਹੋਏਗੀ ਪਰ ਉਹਦੇ ਕੋਲ ਲਾਈਫ ਦੀ ਐਜੂਕੇਸ਼ਨ ਹੈ ਕੋਨਾਪਾ ਪੰਜਾਬ ਦੀ ਅਗਰ ਗੱਲ ਕਰੀਏ ਥੋੜੀ ਜੀ ਕੋਨਾ ਕੋਲ ਬਹੁਤ ਵਿਜ਼ਡਮ ਆ ਸਰ ਵਿਜ਼ਡਮ ਹੈ ਔਰ ਇੱਕ ਲਾਈਫ ਦੇ ਵਿੱਚ ਸਹਿਜ ਕਿਵੇਂ ਰਹਿਣਾ ਅੱਜ ਕੱਲ ਸਾਡੇ ਵਰਗੇ ਲੋਕਾਂ ਨੂੰ ਤਾਂ ਗੁੱਸਾ ਬਹੁਤ ਜਲਦੀ ਆ ਜਾਂਦਾ ਅਸੀਂ ਇਰੀਟੇਟ ਵੀ ਬਹੁਤ ਜਲਦੀ ਹੋ ਜਾਂਦੇ ਬਿਕੋਜ਼ ਸਾਡੇ ਮਨ ਦੇ ਵਿੱਚ ਕੁਝ ਸੈਟ ਟਾਰਗੇਟ ਹੁੰਦੇ ਆ ਜਦੋਂ ਟਾਰਗੇਟ ਮੀਟ ਨਹੀਂ ਹੁੰਦੇ ਜਦੋਂ ਐਕਸਪੈਕਟੇਸ਼ਨ ਪੂਰੀ ਨਹੀਂ ਹੁੰਦੀ ਤਾਂ ਫਰਸਟ੍ਰੇਸ਼ਨ ਆਂਦੀ ਹੈ ਪਰ ਸਾਡੇ ਇੱਕ ਵੀਵਰ ਹੈ ਜਲੰਧਰ ਤੋਂ ਪਿੰਡ ਹੈ ਇਹ ਫਗਵਾੜਾ ਦੇ ਕੋਲ ਪਿੰਡ ਆ ਉਹਨਾਂ ਦਾ ਉੱਥੇ ਰੰਗਲਾ ਪੰਜਾਬ ਹਵੇਲੀ ਹੈ ਉਹਨਾਂ ਦਾ ਨਾਮ ਹੈ ਰੌਣਕੀ RAM 72 73 ਸਾਲ ਦੀ ਉਮਰ ਹੋਏਗੀ ਤੇ ਜੁਲਾਹਾ ਫੈਮਲੀ ਤੋਂ ਹੈ RAMDASI ਸਿੱਖ ਹੈ ਉਹ ਕਹਿੰਦੇ ਨੇ ਬਈ ਇਹ ਜਿਹੜਾ ਖੱਡੀ ਦਾ ਕੰਮ ਹੈ ਨਾ ਇਹ ਪ੍ਰਭੂ ਦਾ ਕੰਮ ਹੈ ਉਹਨਾਂ ਨੇ ਮਤਲਬ ਆਪਣੇ ਆਪ ਨੂੰ ਸਤਗੁਰੂ ਦੇ ਸਮਰਪਿਤ ਕੀਤਾ ਹੋਇਆ ਵੀ ਜਿਹੜਾ ਉਹਨੇ ਕਰਨਾ ਹੈ ਅਸੀਂ ਤਾਂ ਉਹਦੇ ਹਿਸਾਬ ਨਾਲ ਹੀ ਚੱਲਾਂਗੇ पर सा वर्गी जनरे प्रॉब्लम है कि असी परमात्मा कह लो कुदरत कह लो या कोई सुप्रीम पावर तो है ना जी सू चला है असी अपने आप को सरेंडर नहीं कर पाते असी बहुत सारिया चीज़ा अपने कंट्रोल च रखना चाहते साइंस और टैक्नोलॉजी का भी यही है मॉडर्निटी जो एडवांसमेंट है कि सब कुछ बंदे दे कंट्रोल च होएगा एक रिमोट की तरह है रिमोट का ए वाला बटन दबाओ तो यह हो जाएगा वो बटन दबाओ तो वह हो जाएगा we're not able to surrender ourselves aur jadon tak koi surrenderance nahi aandi na taan life da jeda ik essence hai basic essence hai emotions hai respect hai love hai care hai hunne nature de vich alag alag panchhiyan assi aa rahe sige ta mainu ik neele neele rang da firozi rang da ik pakshi dikhya assi oh cherish nahi kar pande because we are so occupied with our own things i am also main ohde to koi bahar nahi ha kyunki main bhi usse ਸੈਟਅਪ ਦੇ ਵਿੱਚ ਆਪਰੇਟ ਕਰਦੀ ਆਂ ਹਾਂ ਪਰ ਇੱਕ ਅਵੇਅਰਨੈਸ ਹੈ ਸ਼ਾਇਦ ਆਮ ਬੰਦੇ ਨੂੰ ਤਾਂ ਉਹਦੀ ਅਵੇਅਰਨੈਸ ਵੀ ਨਹੀਂ ਹੋਏਗੀ ਤੁਹਾਡੀ ਜੀ ਟਰਾਂਸਫਾਰਮੇਸ਼ਨ ਹੋਏਗੀ ਹਾਂਜੀ ਇਹ ਜਿਹੜੇ ਪਾਰਟਿਕੂਲਰ ਇਵੈਂਟਸ ਹੋਏ ਮੇਰੀ ਲਾਈਫ ਦੇ ਵਿੱਚ ਗਾਂਧੀ ਜੀ ਨੂੰ ਪੜਨਾ ਪੂਰੇ ਭਾਰਤ ਦਾ ਇੱਕ ਤਰ੍ਹਾਂ ਦਾ ਐਕਸਪੋਜ਼ਰ ਵੀ ਹੈ ਬਹੁਤ ਜ਼ਿਆਦਾ ਨਹੀਂ ਹੁਣ ਪਿਛਲੇ 6 ਸਾਲ ਤੋਂ ਤਾਂ ਮੈਂ ਖੇਤੀ ਵਿਰਾਸਤ ਮਿਸ਼ਨ ਦੇ ਵਿੱਚ ਹਾਂ ਔਰ ਇਹ ਪਿੰਡਾਂ ਦੇ ਵਿੱਚ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਜਾ ਰਹੀ ਆਂ पर उस तो पहला मैं काफ़ी ट्रैवल किया साउथ इंडिया गुजरात उड़ीसा राजस्थान ये सारा एरिया ट्रैवल किया तो देखे बिहार बिहार के गए अररिया और पूर्णिया इलाके तो समझ आता है कि किमें किमें लोगों के स्ट्रगल हैं और कुछ किताबा भी पढ़ी हैं एक्सटेंसिवली तो मैं एक बार पंजाब की गल कर रही सभी मैं तो देखो पिंड अजे भी बहुत पोटेंशियल है मैं आना हाँ जी ਗਾਂਧੀ ਦਾ ਇੱਕ ਬਹੁਤ ਜ਼ਿਆਦਾ ਜ਼ੋਰ ਸੀ ਇਸ ਗੱਲ ਦੇ ਉੱਤੇ ਜਦੋਂ ਇਸ ਦੇਸ਼ 'ਚ ਆਜ਼ਾਦੀ ਆਈ ਗਾਂਧੀ ਨੇ ਕਿਹਾ ਕਾਂਗਰਸ ਭੰਗ ਕਰ ਦੇਣੀ ਚਾਹੀਦੀ ਹੈ ਗਾਂਧੀ ਦਾ ਬਹੁਤ ਜ਼ੋਰ ਸੀ ਕਿ ਰਾਜਨੀਤੀ ਦੇ ਤੇ ਅਧਿਆਤਮ ਦਾ ਰਿਸ਼ਤਾ ਕੀ ਹੋਵੇ ਜੇ ਰਾਜਨੀਤੀ ਦਾ ਰਿਸ਼ਤਾ ਕੋਈ ਅਧਿਆਤਮ ਨਾਲ ਹੋਊਗਾ ਤਾਂ ਰਾਜਨੀਤੀ ਟਰੈਕ ਤੇ ਰਹੂਗੀ ਅਸੀਂ ਉਸ ਤੋਂ ਬਾਅਦ ਇਸ ਦੇਸ਼ ਦੀ ਰਾਜਨੀਤੀ ਦੇਖੀ ਅਸੀਂ ਕਾਂਗਰਸ ਵੀ ਦੇਖੀ ਭਾਜਪਾ ਵੀ ਦੇਖੀ ਜਦੋਂ ਤੁਸੀਂ ਇੰਡੀਵਿਜੂਅਲ ਗੱਲ ਕਰਦੇ ਹੋ ਅਸੀਂ ਗਾਂਧੀ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕੋਈ ਗਾਂਧੀ ਵੀ ਪਾਰਟਿਸਿਪੇਟ ਨਹੀਂ ਉਹਨਾਂ ਦਾ ਸੀਗਾ ਤੁਹਾਨੂੰ ਪਤਾ ਜਦੋਂ ਇਸ ਦੇਸ਼ ਦੇ ਦੇ ਅੰਦਰ ਵੰਡ ਹੋ ਰਹੀ ਸੀ ਜਦੋਂ ਇਸ ਦੇਸ਼ ਪ੍ਰਧਾਨ ਮੰਤਰੀ ਚੁਣਿਆ ਜਾ ਰਿਹਾ ਸੀ ਗਾਂਧੀ ਉੱਥੇ ਗੁਜ ਬੰਗਾਲ ਬੈਠੇ ਸੀ ਤੁਹਾਨੂੰ ਲੱਗਦਾਗਾ ਕਿ ਕੋਈ ਵੱਡੀ ਟਰਾਂਸਫਰਮੇਸ਼ਨ ਕਿਸੇ ਵੀ ਜਦੋਂ ਤੱਕ ਕੋਈ ਪੋਲਿਟੀਕਲ ਪੁਸ਼ ਨਹੀਂ ਹੋਊਗਾ ਉਹਦੇ ਚ ਜਿੱਦੋਂ ਤੁਸੀਂ ਨਿਗੇਟ ਕਰਦੇ ਹੋ ਜਿਹੜੀ ਰਾਜਨੀਤੀ ਨੂੰ ਕਿ ਨਹੀਂ ਨਾਮ ਲੈਫਟਾਂ ਨਾ ਮ ਰਾਈਟਾਂ ਨਾ ਇਹ ਚੀਜ਼ਾਂ ਮੈਨੂੰ ਨਹੀਂ ਪਤਾ ਕੀ ਕਰਨੀਆਂ ਇੱਕ ਆਪਣੇ ਲੈਵਲ ਤੇ ਸਾਨੂੰ ਇੱਕ ਚੀਜ਼ਾਂ ਦੀ ਟਰਾਂਸਫਾਰਮੇਸ਼ਨ ਕਰਨ ਦੀ ਲੋੜ ਆ ਆਪ ਨੂੰ ਵੀ ਬਦਲਣ ਦੀ ਲੋੜ ਆ ਸਮਾਜ ਵੀ ਤਾਂ ਹੀ ਬਦਲੂਗਾ ਇੱਕ ਆਈਡੀਆ ਇਹ ਹੈਗਾ ਇੱਕ ਆਈਡੀਆ ਇਹ ਹੈਗਾ ਕਿ ਤੁਸੀਂ ਜਿੰਨਾ ਮਰਜ਼ੀ ਬਦਲ ਲਓ ਕੋਸ਼ਿਸ਼ ਕਰ ਲਓ ਇਹ ਕੁਝ ਨਹੀਂ ਬਦਲੇਗਾ ਜਦੋਂ ਤੱਕ ਜਿਹੜਾ ਸਿਸਟਮ ਹੈਗਾ ਉਹ ਪੋਲਿਟਿਕਲ ਲੋਕਾਂ ਕੋਲ ਆ ਉਹ ਇੱਕ ਸੱਤਾ ਕੋਲ ਆ ਵੱਖ-ਵੱਖ ਤਰ੍ਹਾਂ ਦੀ ਜਿਹੜੀ ਉਹ ਜਦੋਂ ਤੱਕ ਉੱਥੇ ਉਹ ਆਈਡੀਆ ਪੁਸ਼ ਨਹੀਂ ਹੋਏਗਾ ਜਾਂ ਉਹ ਟਰਾਂਸਫਾਰਮੇਸ਼ਨ ਲਈ ਸੋਚੇਗਾ ਤਾਂ ਨਹੀਂ ਹੋਏਗਾ ਜੇ ਮੰਨ ਲਓ ਇੱਕ ਪਾਸੇ ਇਹ ਆਈਡੀਆ ਕਿ ਲੋਕਾਂ ਦੇ ਹੱਥਾਂ 'ਚ ਰੋਜ਼ਗਾਰ ਦੂਜੇ ਪਾਸੇ ਗਲੋਬਲਾਈਜੇਸ਼ਨ ਦਾ ਲੈਬ ਜੀਦਾ ਆਈਡੀਆ ਇਹ ਹੈਗਾ ਕਿ ਲੋਕਾਂ ਦੇ ਹੱਥਾਂ ਚ ਕੰਮ ਖੋ ਕੇ ਵਿਹਲੇ ਕਿਵੇਂ ਕਰਨਾ ਇਹਨਾਂ ਨੂੰ ਟੈਕਨੀਕ ਕਿਵੇਂ ਲੈ ਕੇ ਆਉਣੀ ਆ ਤਾਂ ਤੁਹਾਨੂੰ ਲੱਗਦਾ ਇਹ ਸੰਭਵ ਆ? This is a very important question actually। ਇਹਦੇ ਵਿੱਚ ਜਿਹੜਾ ਅਧਿਆਤਮ ਹੈ ਜਿਹੜੀ ਸਪਿਰਚੁਅਲਿਟੀ ਹੈ ਜਿਹੜਾ ਆਪਣੀ ਅੰਤਰਾਤਮਾ ਹੈ ਉਹ ਸਿਰਫ ਮੈਂ ਕਹੂੰਗੀ ਰਾਜਨੀਤੀ ਦੇ ਵਿੱਚ ਨਹੀਂ ਰਾਜਨੀਤੀ ਠੀਕ ਹੈ ਉਹਨਾਂ ਦੇ ਕੋਲ ਇੱਕ ਤਰ੍ਹਾਂ ਦੀ ਪਾਵਰ ਆ ਜਾਂਦੀ ਹੈ 5 ਸਾਲ ਲਈ। ਇਆ ਕਿਸੇ ਕੁੱਲ 10 ਸਾਲ ਲਈ ਜਾਂ ਕਿਸੇ ਕੁੱਲ 2 ਸਾਲ ਲਈ ਰਾਈਟ ਪਰ ਇਹ ਜਿਹੜੇ ਕੰਮ ਹੈ ਖੇਤੀ ਕਾਰੀਗਰੀ ਜਾਂ ਹੋਰ ਵੀ ਪਿੰਡਾਂ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਆ ਇਹ ਤਾਂ ਹਮੇਸ਼ਾ ਚੱਲਦੇ ਰਹਿਣ ਵਾਲੇ ਆ ਅੱਜ ਮੰਨ ਲਓ ਮੈਂ ਪੋਲਿਟਿਕਸ ਦੇ ਵਿੱਚ ਹ ਹੋ ਸਕਦਾ 5 ਸਾਲ ਬਾਅਦ ਮੈਂ ਪੋਲਿਟਿਕਸ ਦੇ ਵਿੱਚ ਨਾ ਹੋਵਾਂ ਇਹ ਇੱਕ ਇਨਸਾਨ ਨੂੰ ਸਮਝਣ ਦੀ ਗੱਲ ਹੈ ਇਨਸਾਨੀਅਤ ਨੂੰ ਸਮਝਣ ਦੀ ਗੱਲ ਹੈ ਉਹਦਾ ਕੁਦਰਤ ਦੇ ਨਾਲ ਕੀ ਰਿਸ਼ਤਾ ਹੈ ਉਹਦੀਆਂ ਮਾਨਯਤਾ ਮਾ ਕੀਨੇ ਉਹ ਆਪਣੇ ਦੇਸ਼ ਨੂੰ ਆਪਣੇ ਸਮਾਜ ਨੂੰ ਆਪਣੇ ਧਰਮ ਨੂੰ ਕਿਵੇਂ ਲੈਂਦਾ ਮੈਂ ਇੱਥੇ ਧਰਮ ਦੀ ਗੱਲ Hindu Sikh ਵਾਲੇ ਧਰਮ ਦੀ ਗੱਲ ਨਹੀਂ ਕਰ ਰਹੀ ਇੱਕ ਵਿਕਸ਼ ਇੱਕ ਦਰਖਤ ਉਹਦਾ ਧਰਮ ਹੈ ਛਾਂ ਦੇਣਾ ਪਾਣੀ ਦਾ ਧਰਮ ਹੈ ਪਿਆਸ ਮਿਟਾਣਾ ਰੋਟੀ ਦਾ ਧਰਮ ਹੈ ਭੁੱਖ ਮਿਟਾਣਾ ਖੇਤਾਂ ਦਾ ਧਰਮ ਹੈ ਪੈਦਾ ਕਰਨਾ ਅਨਾਜ ਪੈਦਾ ਕਰਨਾ ਕਿਸਾਨ ਦਾ ਧਰਮ ਹੈ ਉਹਦੇ ਵਿੱਚੋਂ ਚੰਗੀ ਉਪਜਾਊ ਚੀਜ਼ਾਂ ਪੈਦਾ ਕਰਨਾ ਕਾਰੀਗਰਾਂ ਦਾ ਧਰਮ ਹੈ ਉਹਨੂੰ ਪ੍ਰੋਸੈਸ ਕਰਕੇ ਸਮਾਜ ਦੇ ਵਿੱਚ ਉਪਯੋਗੀ ਵਸਤਾਂ ਬਣਾਉਣਾ ਤਾਂ ਇਹ ਜਿਹੜੀ ਅਧਿਆਤਮ ਦੀ ਗੱਲ ਹੈ ਇਹ ਹਰ ਇੱਕ ਲੈਵਲ ਤੇ ਪਰਕੂਲੇਟ ਹੋਣੀ ਚਾਹੀਦੀ ਹੈ ਹਰ ਇੱਕ ਲੈਵਲ ਤੇ ਬੰਦੇ ਦੇ ਅੰਦਰ ਉਤਰਨੀ ਚਾਹੀਦੀ ਹੈ ਇਹ ਜਿਹੜੀ ਕਾਰੀਗਰੀਆਂ ਹਨ ਮੈਨੂੰ ਇਸੇ ਕਰਕੇ ਇਹ ਇੰਪੋਰਟੈਂਟ ਲੱਗਦੀਆਂ ਕਿਉਂਕਿ ਉਹ ਜਿਹੜਾ ਕਾਰੀਗਰ ਹੈ ਨਾ ਉਹ ਪ੍ਰੋਡਕਸ਼ਨ ਤਾਂ ਕਰਦਾ ਆਪਣੇ ਹੱਥਾਂ ਪੈਰਾਂ ਨਾਲ ਆਪਣੇ ਮਨ ਦਿਮਾਗ ਨਾਲ ਪਰ ਉਹਦੇ ਵਿੱਚ ਇੱਕ ਪਰਮਾਤਮਾ ਨਾਲ ਕਨੈਕਟ ਵੀ ਹੁੰਦਾ ਤੁਸੀਂ ਉਹਨਾਂ ਦੇ ਚਿਹਰੇ ਤੇ ਦੇਖੋਗੇ ਉਹਨਾਂ ਦੀ ਅੱਖਾਂ ਦੇਖੋਗੇ ਮੈਂ ਖੁਦ ਜਦੋਂ ਮੈਂ ਚਰਖਾ ਚਲਾਨੀ ਹਾਂ ਮੈਨੂੰ ਉਸ ਚੀਜ਼ ਦਾ ਅਹਿਸਾਸ ਹੁੰਦਾ ਇਹ ਜਿਹੜਾ ਅਸੀਂ ਪਿਛਲੇ 4-5 ਸਾਲ ਦੇ ਵਿੱਚ ਕੰਮ ਕਰ ਪਾਏ ਆ ਅਗਰ ਇਹ ਕੋਈ ਪ੍ਰੋਜੈਕਟ ਹੁੰਦਾ ਜਾਂ ਕੋਈ ਫੰਡਿੰਗ ਹੁੰਦੀ ਤਾਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਇੰਨਾ ਇਹਦੇ ਤੇ ਆਤਮ ਚਿੰਤਨ ਕਰ ਪਾਉਂਦੇ ਇੰਨਾ ਇਹਦੇ ਵਿੱਚ ਫਲੈਕਸੀਬਿਲਟੀ ਰੱਖ ਪਾਉਂਦੇ ਕਿਉਂਕਿ ਸਾਡਾ ਦਾਇਰਾ ਬਹੁਤ ਛੋਟਾ ਹੈ ਅਸੀਂ ਚੀਜ਼ਾਂ ਨੂੰ ਬਹੁਤ ਬਾਰੀਕੀ ਨਾਲ ਦੇਖ ਪਾਣੇ ਆ ਸਮਝ ਪਾਣੇ ਆ ਇਹ ਜਿਹੜਾ ਰਾਜਨੀਤੀ ਔਰ ਅਧਿਆਤਮ ਦੀ ਗੱਲ ਹੈ ਨਾ ਇਹ ਤਾਂ ਮੈਂ ਕਹੂੰਗੀ ਕਿ ਜਿਹੜੇ ਸਾਡੇ ਦੇਸ਼ ਦੇ ਕਾਰੋਬਾਰ ਹਨ ਜਿਹੜੇ ਅਲੱਗ-ਅਲੱਗ ਬਿਜ਼ਨਸ ਹਨ ਜਦੋਂ ਤੱਕ ਉਹਨਾਂ ਦੇ ਵਿੱਚ ਵੀ ਇਹ ਸਪਿਰਚੁਅਲ ਐਂਗਲ ਨਹੀਂ ਆਏਗਾ ਤਾਂ ਅਸੀਂ ਕਲੈਕਟਿਵਲੀ ਅੱਗੇ ਨਹੀਂ ਵਧ ਪਾਵਾਂਗੇ ਐਂਡ ਯੂ ਆਰ ਵੈਰੀ ਰਾਈਟ ਕਿ ਇੰਡੀਵਿਜੂਅਲ ਲੈਵਲ ਤੇ ਅਸੀਂ ਜਿੰਨਾ ਮਰਜੀ ਕਰ ਲਈਏ ਜਿੰਨੀ ਮਰਜੀ ਤਾਕਤ ਲਗਾ ਲਈਏ ਪਰ ਜਿਹੜੀਆਂ ਚੀਜ਼ਾਂ ਕੁਝ ਟੌਪ ਟੂ ਬਾਟਮ ਹੋਣੀਆ ਹੁੰਦੀ ਹੈ ਸਮੂਹਿਕ ਟਰਾਂਸਫਾਰਮੇਸ਼ਨ ਆ ਜਿਹੜੀ ਜਿਨ੍ਹਾਂ ਦਾ ਵੱਡੇ ਲੈਵਲ ਤੇ ਜਾਣਾ ਹੁੰਦਾ ਮਾਸ ਟਰਾਂਸਫਾਰਮੇਸ਼ਨ ਕਹਾਵੇਂ ਉਹ ਨਹੀਂ ਹੋ ਪਾਏਗਾ ਉਹ ਨਹੀਂ ਹੋ ਪਾਏਗਾ ਔਰ ਇਹਦੇ ਲਈ ਬਹੁਤ ਡੀਪ ਡਾਇਲੌਗ ਸੰਵਾਦ ਦੀ ਸਾਨੂੰ ਜ਼ਰੂਰਤ ਹੈ ਸਾਨੂੰ ਮੋਨੋਲੋਗ ਨਹੀਂ ਚਾਹੀਦੇ ਕਿ ਇੱਕ ਬੰਦਾ ਸਟੇਜ ਤੋਂ ਕੋਈ ਪਾਸ਼ਨ ਦੇ ਰਿਹਾ ਤੇ ਸਾਹਮਣੇ 100 ਜਣੇ 150 ਜਣੇ ਸੁਣ ਰਹੇ ਜਦੋਂ ਤੱਕ ਉਹਦੇ ਵਿੱਚ ਭਾਗੀਦਾਰੀ ਨਹੀਂ ਆਏਗੀ ਮੈਂ ਇਹਨੂੰ ਤਿੰਨ ਤਰ੍ਹਾਂ ਨਾਲ ਸਮਝਦੀ ਹਾਂ ਇੱਕ ਤਾਂ ਬੰਦੇ ਦਾ ਸਰੀਰ ਉਹਦੀ ਆਤਮਾ ਔਰ ਉਹਦਾ ਦਿਮਾਗ ਇਹ ਤਿੰਨ ਜਦੋਂ ਆਪਸ ਦੇ ਵਿੱਚ ਮਿਲਦੇ ਹਨ ਨਾ ਤਾਂ ਉਹ ਸੰਪੂਰਨ ਹੋ ਜਾਂਦਾ ਹੈ ਆਤਮਾ ਮਤਲਬ ਮਨ ਮਤਲਬ ਸਾਨੂੰ ਕੋਈ ਸੁਪਰੀਮ ਚੀਜ਼ ਡਰਾਈਵ ਕਰ ਰਹੀ ਹੈ ਸਾਡਾ ਉਹਦੇ ਵਿੱਚ ਐਸਾ ਕੋਈ ਆਪਣਾ ਸਵਾਰਥ ਨਹੀਂ ਹੈ ਕੋਈ ਆਪਣਾ ਲਾਲਚ ਨਹੀਂ ਹੈ ਅਸੀਂ ਉਹਨੂੰ ਇੱਕ ਸੇਵਾ ਭਾਵਨਾ ਨਾਲ ਕਰ ਰਹੇ ਹਾਂ ਇੱਕ ਕੁਦਰਤ ਦੇ ਨਾਲ ਹਾਰਮਨੀ ਬਣਾ ਕੇ ਕਰ ਰਹੇ ਆਂ ਔਰ ਉਹ ਸਪਿਰਚੁਅਲਿਟੀ ਵੀ ਹੋ ਸਕਦੀ ਹੈ ਸਪਿਰਚੁਅਲਿਟੀ ਮਤਲਬ ਰੋਜ਼ ਮੈਨੂੰ ਨਹੀਂ ਲੱਗਦਾ ਕਿ ਪੂਜਾ ਪਾਠ ਕਰਨਾ ਜਾਂ ਮੰਦਿਰ ਜਾਣਾ ਉਹ ਵੀ ਠੀਕ ਹੈ ਉਹ ਵੀ ਆਤਮਾ ਨੂੰ ਸਕੂਨ ਦਿੰਦਾ ਇੱਕ ਆਪ ਆਪਣਾ ਟਾਈਮ ਲਗਾਣੇ ਆ ਪਾਠ ਕਰਦੇ ਆ ਉਹ ਵੀ ਠੀਕ ਹੈ ਪਰ ਜਿਹੜੇ ਕੰਮ ਅਸੀਂ ਰੋਜ਼ ਮਰਿਆ ਦੀ ਜ਼ਿੰਦਗੀ ਦੇ ਵਿੱਚ ਕਰਦੇ ਆਂ ਸਵੇਰ ਤੋਂ ਸ਼ਾਮ ਤੱਕ ਕਰਦੇ ਆਂ ਉਹਦੇ ਵਿੱਚ ਵੀ ਸਪਿਰਚੁਅਲਿਟੀ ਹੁੰਦੀ ਹੈ ਜਦੋਂ ਅਸੀਂ ਆਪਣੇ ਆਪ ਨਾਲ ਈਮਾਨਦਾਰ ਹੁੰਨੇ ਆਂ ਆਪਣੇ ਵਿਚਾਰਾਂ ਨਾਲ ਈਮਾਨਦਾਰ ਹੁੰਦੇ ਆਂ ਕਿਉਂਕਿ ਸਭ ਤੋਂ ਵੱਡੀ ਈਮਾਨਦਾਰੀ ਆਪਣੇ ਨਾਲ ਹੀ ਹੈ साढ़े अंदर अपने अंदर ही कई बार बहुत सारे कन्फ्यूजन होंगे असं अपने अंदर ही बहुत कुछ दबा के रखते हैं अगर कोई चीज़ ठीक नहीं है तो उन्होंने भी उस तरह पेश कर हिम्मत रखनी ऐसा नहीं है किसी हर्ट करना पर जो तुम फील कर पा रहे हो बोलना मैं लगता अपने प्रति एक फर्ज है बंदे का ईमानदार रहने का तो यह के सारे फैक्टर्स आते हैं ਰਾਜਨੀਤੀ ਵਾਲੀ ਗੱਲ ਠੀਕ ਹੈ ਉਹਨਾਂ ਦੇ ਕੋਲ ਪਾਵਰ ਆਂਦੀ ਹੈ ਪਰ ਉਹ ਪਾਵਰ ਇੱਕ ਟੈਂਪਰੇਰੀ ਚੀਜ਼ ਹੈ ਅਲਟੀਮੇਟਲੀ ਤਾਂ ਉਹਨਾਂ ਨੇ ਉਸੇ ਸਮਾਜ ਦੇ ਵਿੱਚ ਵਿਛੜਨਾ ਹੈ ਨਾ ਤਾਂ ਅਗਰ ਉਹ ਪਾਵਰ 5 ਸਾਲ 10 ਸਾਲ ਦੇ ਵਿੱਚ ਰਹਿ ਕੇ ਉਹ ਇਹ ਸਮਾਜ ਵਾਲਾ ਪੱਖ ਸਮਝ ਕੇ ਇਹਨੂੰ ਉਸ ਤਰ੍ਹਾਂ ਅੱਗੇ ਮਤਲਬ ਲੈ ਕੇ ਜਾਣਗੇ ਤਾਂ ਮੈਨੂੰ ਲੱਗਦਾ ਹੈ ਕਿ ਇਹੇ ਚੀਜ਼ਾਂ ਕੁਝ ਠੀਕ ਹੋ ਸਕਦੀਆਂ ਪਰ ਇਹ ਜਿਹੜੇ ਇੰਡੀਵਿਜੂਅਲ ਐਫਰਟਸ ਹੈ ਇਹਨਾਂ ਦੀ ਵੀ ਆਪਣੀ ਤਾਕਤ ਹੈ ਇਹ ਸਾਈਡ ਬਾਈ ਸਾਈਡ ਚੱਲਦੇ ਰਹਿੰਦੇ ਨੇ ਤਾਹੀਂ ਕਿਤੇ 15 ਸਾਲ 20 ਸਾਲ ਬਾਅਦ ਕੋਈ politcal pressure ਵੀ ਬੰਦਾ ਹੈ ਅਗਰ ਇਹ ਛੋਟੇ ਛੋਟੇ efforts ਖਤਮ ਹੋ ਜਾਣਗੇ ਨਾ ਤਾਂ ਫਿਰ ਤਾਂ ਉਹ ਵੱਡੀ ਕ੍ਰਾਂਤੀ ਜਿੰਨੀ ਜਲਦੀ ਆਏਗੀ ਉੰਨੀ ਹੀ ਜਲਦੀ ਖਤਮ ਵੀ ਹੋਏਗੀ ਮੈਂ ਇਹ ਕਹੂੰਗੇ ਉਹ ਪਹਿਲਾ ਦਿਨ ਕਿਹੜਾ ਸੀਗਾ ਜਦੋਂ ਤੁਸੀਂ ਡਿਸਾਈਡ ਕੀਤਾ ਕਿ ਠੀਕ ਹੈ ਇੱਥੋਂ ਪਾਈਏ ਚੱਲੇ ਹਾਂ ਜਿਹੜਾ ਇੱਕ ਤਰ੍ਹਾਂ ਦੀ ਜਿੱਥੇ ਤੁਸੀਂ ਸੀ ਚਾਹੇ ਤੁਸੀਂ ਆਗੇ ਪੜ੍ਹਾਈ ਸੋਸ਼ਲ ਸਾਇੰਸਸ ਦੀ ਕਰਨ ਲੱਗੇ ਪਰ ਤੁਹਾਨੂੰ ਉਹਦੇ ਤੋਂ ਵੀ ਮੁਕਤੀ ਚਾਹੀਦੀ ਸੀ ਜਿਸ ਸਪੇਸ 'ਚ ਤੁਸੀਂ ਬੈਠੇ ਹੋਗੇ ਉਹ ਕਿਹੜਾ ਪਲਸੀ ਜਾਂ ਕਿਵੇਂ ਡਿਸਾਈਡ ਹੋਇਆ ਉਹ ਕਿ ਮੈਂ ਤੇ ਪਿੰਡਾਂ ਜਾਣਾ ਪਿੰਡਾਂ ਚ ਕੰਮ ਕਰਨਾਗਾ ਮੇਰੀ ਤਾਂ ਜਿੰਦ ਜਾਨ ਪਿੰਡ ਨੇ ਦੇਖੋ ਕਿਤੇ ਵੀ ਅਸੀਂ ਰਹੀਏ ਐਸਾ ਨਹੀਂ ਹੈ ਕਿ ਸਾਨੂੰ ਹਮੇਸ਼ਾ ਆਪਣੇ ਹਿਸਾਬ ਨਾਲ ਚੀਜ਼ਾਂ ਮਿਲ ਜਾਣਗੀਆਂ ਮੈਂ ਅੱਜ ਇਹ ਪਬਲੀਕਲੀ ਪਹਿਲੀ ਵਾਰੀ ਬੋਲ ਰਹੀ ਹਾਂ ਸ਼ਾਇਦ ਪਰ ਮੈਨੂੰ ਲੱਗਦਾ ਬੋਲਣਾ ਜ਼ਰੂਰੀ ਹੋਏਗਾ ਖੇਤੀ ਵਿਰਾਸਤ ਮਿਸ਼ਨ ਦੇ ਵਿੱਚ ਆ ਕੇ ਵੀ ਮੇਰੇ ਲਈ ਚੀਜ਼ਾਂ ਬਹੁਤ ਆਸਾਨ ਨਹੀਂ ਸੀ इतने भी बहुत टाइम लग गया और बहुत एफर्ट भी लग गया कि किमें मैं जो समझा है थेरेटिकल चीज़ा तो और जो मैं पिंडा च देखती हाँ मैं वो परस्यू करना तो मैं वो स्पेस मिले मैनू उस तरह का टाइम मिले जानू और बीइंग अ वूमन हाँ फैमिली तो चलो एक पासे है ਸੋਸਾਇਟੀ ਤੁਸੀਂ ਅੱਛਾ ਕਰ ਰਹੇ ਹੋ ਸਾਰੇ ਵਾਵਾ ਹੀ ਕਰਨਗੇ ਜਰਾ ਜਿਵੇਂ ਝੂਕ ਹੋ ਗਈ ਕਿਤੇ ਸਬ ਸਾਈਟ ਤੇ ਹੋ ਜਾਂਦੇ ਨੇ ਐਸੇ ਮੌਕਿਆਂ ਤੇ ਕਿਵੇਂ ਖੁਦ ਨੂੰ ਸੰਭਾਲਣਾ ਜਦੋਂ ਕੋਈ ਫੈਮਿਲੀ ਸਪੋਰਟ ਨਾ ਹੋਵੇ ਜਾਂ ਕੋਈ ਅਦਰਵਾਈਜ਼ ਸਪੋਰਟ ਨਾ ਹੋਵੇ ਔਰ ਉਹਦੇ ਵਿੱਚ ਉਹ ਕਲੈਰਿਟੀ ਰੱਖਣੀ ਕਿ ਇਹੀ ਕਰਨਾ ਹੈ ਜੋ ਕਰ ਰਹੇ ਹਨ ਉਹਦੇ ਵਿੱਚ ਮਤਲਬ ਠੀਕ ਹੈ ਥੋੜਾ ਬੋਤਾ ਮਨ ਕਦੇ ਹੁੰਦਾ ਹੈ ਉਦਾਸ ਵੀ ਹੁੰਦਾ ਹੈ ਕਦੇ ਕਈ ਤਰ੍ਹਾਂ ਦੇ ਕੁਝ ਕਨਫਿਊਜ਼ਨ ਵੀ ਆ ਜਾਂਦੇ ਆ ਲਾਈਫ ਦੇ ਵਿੱਚ ਪਰ ਉਹਨੂੰ ਇੱਕ ਆਪਣਾ ਮਤਲਬ ਆਈ ਵੁਡਨਟ ਸੇ ਅ ਗੋਲ অর ਟਾਰਗੇਟ ਪਰ ਇੱਕ ਲਾਈਫ ਦਾ ਉਦੇਸ਼ ਕਿ ਲਾਈਫ ਦੇ ਵਿੱਚ ਇਹ ਚੀਜ਼ ਬਹੁਤ ਜ਼ਰੂਰੀ ਹੈ ਉਹਦੇ ਵਿੱਚ ਇੱਕ ਇਮੋਸ਼ਨਲ ਕਨੈਕਟ ਰੱਖਣਾ ਤਾਂ ਜਦੋਂ ਇੱਥੇ 2018 ਦੇ ਵਿੱਚ ਮੈਂ ਆਈ ਮੈਨੂੰ ਸ਼ੁਰੂ ਦੇ ਵਿੱਚ ਆਰਗੈਨਿਕ ਕਿਚਨ ਗਾਰਡਨ ਦੇ ਕੰਮ ਨਾਲ ਜੋੜਿਆ ਗਿਆ ਜਿਹੜਾ ਅਸੀਂ ਬੀਬੀਆਂ ਦੇ ਨਾਲ ਕਰਦੇ ਹਾਂ ਉਹ ਫਰੀਦਕੋਟ ਹੋਰ ਬਨਾਲਾ ਜ਼ਿਲ੍ਹਾ ਸੀਗਾ ਤੇ ਉੱਥੇ ਜਾ ਕੇ ਉਹਨਾਂ ਤੋਂ ਸੀਜ਼ਨਲ ਵੈਜੀਟੇਬਲਸ ਕਲਟੀਵੇਟ ਕਰਾਨੇ ਪਰ ਮੈਂ ਪਿੰਡਾਂ ਦੇ ਵਿੱਚ ਜਾ ਕੇ ਕੁਝ ਹੋਰ ਹੀ ਦੇਖਦੀ ਸੀ ਪਿੰਡਾਂ ਦੇ ਵਿੱਚ ਚਰਖਾ ਖੱਡੀ ਦਰੀਆਂ ਬੀਬੀਆਂ ਦੇ ਕੋਲ ਕੀ ਤਾਕਤ ਹੈ ਉਹਨਾਂ ਦੇ ਹੱਥ ਦੇ ਵਿੱਚ ਕੀ ਹੁਨਰ ਹੈ ਤਾਂ ਮੈਨੂੰ ਲੱਗਦਾ 6 ਮਹੀਨੇ 8 ਮਹੀਨੇ ਬਾਅਦ ਹੀ ਮੈਨੂੰ ਕਲੀਅਰ ਹੋ ਗਿਆ ਸੀ ਕਿ ਮੈਂ ग्राम स्वराज्य ਦਾ ਜਿਹੜਾ ਕਨਸੈਪਟ ਮੇਰੇ ਮਨ ਦੇ ਵਿੱਚ ਸੀਗਾ ਕਿ ਅਲੱਗ-ਅਲੱਗ ਕਾਰੀਗਰੀ ਕਾਰੀਗਰੀਆਂ ਹਨ ਅਲੱਗ-ਅਲੱਗ ਲੋਕ ਹਨ ਉਹਨਾਂ ਨੂੰ ਸਮਝਣਾ ਮੈਂ ਉਮੇਂਦਰ ਜੀ ਦੇ ਸਾਹਮਣੇ ਪ੍ਰਸਤਾਵ ਰੱਖਿਆ ਮੈਂ ਇਸ ਡਾਇਰੈਕਸ਼ਨ 'ਚ ਕੰਮ ਕਰਨਾ ਪਰ ਉਹ ਅਸੀਂ ਕੋਈ 1 ਸਾਲ ਡੇਢ ਸਾਲ ਦੇ ਬਾਅਦ ਹੀ ਕਰ पाए ਕਿਉਂਕਿ ਸੰਸਥਾ ਦੀ ਹੋਰ ਵੀ ਰਿਕੁਆਇਰਮੈਂਟਸ ਹੁੰਦੀਆਂ ਹੋਰ ਵੀ ਚੀਜ਼ਾਂ ਹੁੰਦੀਆਂ ਔਰ ਸਮੇਂ-ਸਮੇਂ ਦੇ ਉੱਤੇ ਆਪਣੇ ਹਿਸਾਬ ਨਾਲ ਚੀਜ਼ਾਂ ਨੂੰ ਮੋਲਡ ਕਰਨਾ ਜਾਂ ਆਪਣੇ ਆਪ ਨੂੰ ਚੀਜ਼ਾਂ ਦੇ ਮੁਤਾਬਕ ਮੋਲਡ ਕਰਨਾ ਤਾਂ ਉਹ ਪ੍ਰਕਿਰਿਆ ਅਜੇ ਵੀ ਚੱਲ ਰਹੀ ਹੈ ਅਸੀਂ ਮੈਂ ਕਿਹਾ ਦਿਨ ਕਿਹੜਾ ਸੀ ਪਹਿਲਾ ਜਦੋਂ ਮੈਂ ਤੁਹਾਡੇ ਤੋਂ ਪੁੱਛ ਰਿਆ ਸੀ ਉਦੋਂ ਕਰਿਆ ਵੀ ਹਾਂ ਨਹੀਂ ਇਹੀ ਕਰਨਾ ਹੁਣ ਦਿਨ ਐਸਾ ਨਹੀਂ ਸੀਗਾ ਕੁਝ ਦਿਨ ਟਾਈਮ 18 ਜੋ ਚੱਲ ਰਿਹਾ ਸੀ ਕਿ ਤੱਕ ਇੱਥੇ ਆ ਜਾਣਾ ਹਾਂ ਦੋ ਮੈਂ ਜਦੋਂ ਇੰਟਰਨਸ਼ਿਪ ਕਰਕੇ ਗਈ ਕੇਵੀਐਮ ਤੋਂ 2017 ਹਾਂ ਉਦੋਂ ਹੀ ਮੈਂ ਡਿਸਾਈਡ ਕਰ ਲਿਆ ਸੀ ਕਿ ਮੈਂ ਕੇਵੀਐਮ ਦੇ ਵਿੱਚ ਹੀ ਆਉਂਗੀ ਇਹ ਕਰਦਿਆਂ ਦੱਸਿਆ ਸੀ ਦੇਸੀਆ ਸੀਗਾ ਦੇਸੀਆ ਸੀਗਾ ਬਈ ਇਹ ਦਾ ਵਿਰੋਧ ਸੀ ਕਰੇ ਵਿਰੋਧ ਨਹੀਂ ਸੀ ਪਰ ਸਪੋਰਟ ਵੀ ਨਹੀਂ ਸੀ ਕਿਉਂਕਿ ਉਹਨਾਂ ਦਾ ਕਹਿਣਾ ਸੀਗਾ ਕਿ ਇੱਥੇ ਕੀ ਮਿਲੇਗਾ ਇੱਥੇ ਕੀ ਕੰਮ ਹੈ ਇਹ ਕਿਸਾਨਾਂ ਨਾਲ ਬਿਕੋਜ਼ ਦੇ ਵਾਰ ਐਕਸਪੈਕਟਿੰਗ ਕਿ ਮੈਂ ਕੋਈ ਆਫਿਸ ਜੌਬ ਕਰਾਂ ਜਿੱਥੇ ਬੈਠ ਕੇ ਕੋਈ ਕੰਪਿਊਟਰ ਵਰਕ ਹੋਏ ਔਰ ਆਰਾਮ ਨਾਲ ਕਰੋ ਔਰ ਅੱਛੇ ਖਾਸੇ ਪੈਸੇ ਆਣ ਪਰ ਠੀਕ ਹੈ ਉਹ ਘਰ ਵਾਲਿਆਂ ਨੂੰ ਸਮਝਾਉਣਾ ਮੇਰੇ ਲਈ ਥੋੜਾ ਆਸਾਨ ਹੋ ਗਿਆ ਸੀ ਕਿਉਂਕਿ ਮੇਰੀ ਪਿਛਲੀ ਜਿਹੜੀ 7-8 ਸਾਲ ਦੀ ਜਰਨੀ ਸੀਗੀ ਉਹਨੇ ਮੈਨੂੰ ਉਨਾ ਆਤਮਬਲ ਦੇਤਾ ਸੀਗਾ ਤੇ केवीएम ਦੇ ਵਿੱਚ ਆਉਣ ਤੋਂ ਬਾਅਦ ਵੀ ਚੀਜ਼ਾਂ ਬਹੁਤ ਬਹੁਤ ਅੱਛਾ ਸਪੋਰਟ ਰਹਾ ਐਸਾ ਕੋਈ ਸਟਰਗਲ ਨਹੀਂ ਮੈਨੂੰ ਕਰਨਾ ਪਿਆ ਕੋਈ ਬਹੁਤ ਵੱਡਾ ਚੈਲੰਜ ਵੀ ਨਹੀਂ ਸੀ ਪਰ ਇੱਕ ਲੜਕੀ ਹੋਣ ਦੇ ਨਾਤੇ ਇੱਕ ਮਹਿਲਾ ਹੋਣ ਦੇ ਨਾਤੇ ਸਮਾਜ ਦੇ ਵਿੱਚ ਚੈਲੰਜ ਤਾਂ ਹੈ ਜੀ ਮੈਂ ਇਟਸ ਨਾਟ ਦੈਟ ਈਜ਼ੀ ਜੀ ਮੈਂ ਤੁਸੀਂ ਕਿਤੇ ਬਾਹਰ ਅੰਦਰ ਜਾਣਾ ਹੋਵੇ ਤੁਸੀਂ ਕਿਤੇ ਕੋਈ कम करना हो और जीवे मैं वो जिमें भी मैनशन किया अच्छे दे हर कोई साथ हों पर जिमें ही कुछ होया तो पीपल डोंट कम फॉरवर्ड तो एक फैक्टर है और अजय भी साड़ा समाज इट्स मेंस वर्ल्ड मैं उन्होंने इग्नोर नहीं करती इट इज़ इट इज़ फैमिली तो शुरू होके ਅ ਵਰਕਿੰਗ ਸਪੇਸ 에ਵਰੀਵੇਅਰ ਪਰ ਠੀਕ ਹੈ ਆ ਮਤਲਬ ਮੈਨੂੰ ਕਿਸੇ ਦੇ ਨਾਲ ਕੋਈ ਸ਼ਿਕਾਇਤ ਨਹੀਂ ਹੈ ਜਾਂ ਮੇਰੀ ਕਿਸੇ ਤੋਂ ਕੋਈ ਐਕਸਪੈਕਟੇਸ਼ਨ ਵੀ ਨਹੀਂ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਅਗਰ ਮੇਰੀ ਤਰਾਤਲ ਮਜ਼ਬੂਤ ਹੋਏਗੀ ਮੇਰੇ ਪੈਰ ਮੇਰੀ ਨੀਵ ਦੇ ਵਿੱਚ ਤਾਕਤ ਹੋਏਗੀ ਤਾਂ ਠੀਕ ਹੈ ਹੋਰ ਕਿਸੇ ਗੰਦੀਨ ਹੋਣ ਦੇ ਨਾਲ ਆਰਟੀਕੂਲੇਟ ਫੈਮਿਨਿਸਟ ਵੀ ਹੂੰ ਨਹੀਂ ਐਸਾ ਕੁਝ ਨਹੀਂ ਹੈ ਮੈਂ ਉਹ जेंडर डिस्क्रिमिनेशन और हे फेमिनिज्म दे विच नहीं जांदी नहीं ਤੁਸੀਂ ਕਹਿੰਦੇ ਥਿਸ ਇਜ਼ men's world इट्स men's world ਮਤਲਬ ਜਿਸ ਤਰ੍ਹਾਂ ਦੀ ਸੋਸਾਇਟੀ ਦੇ ਵਿੱਚ ਅਸੀਂ ਆਪਰੇਟ ਕਰਦੇ ਆ ਜਿਸ ਤਰ੍ਹਾਂ ਦੇ ਹਿਸਾਬ ਨਾਲ ਚੀਜ਼ਾਂ ਹੁੰਦੀ ਹੈ ਮੈਂ ਉਸ ਐਂਗਲ ਤੋਂ ਕਹਿ ਰਹੀ ਮੈਨ ਨਾ ਆਲਸੋ ਇੰਪੋਰਟੈਂਟ ਇਟਸ ਨੋਟ ਲਾਈਕ ਓਨਲੀ ewomen ਆਰ ਇੰਪੋਰਟੈਂਟ ਦੇ ਬੋਥ ਹੈਵ देयर इक्वल ਸਪੇਸ ਰਾਈਟ ਬੰਦਿਆਂ ਤੋਂ ਬਿਨਾ ਵੀ ਨਹੀਂ ਹੋ ਸਕਦਾ ਬੀਬੀਆਂ ਤੋਂ ਬਿਨਾ ਵੀ ਨਹੀਂ ਹੋ ਸਕਦਾ ਪਰ ਇੱਕ ਆਮ ਸਮਾਜ ਦੇ ਵਿੱਚ ਜਿਵੇਂ ਮੈਂ ਹੁਣ ਵੀ ਲੇਡੀਜ਼ ਦੇ ਨਾਲ ਕੰਮ ਕਰਦੀ ਆਂ ਛੋਟੀ ਲੜਕੀਆਂ ਹਨ ਮੇਰੇ ਕੋਲ ਕੋਈ 18 ਸਾਲ ਦੀ 20 ਸਾਲ ਦੀ ਲੜਕੀ ਆਂਦੀ ਹੈ ਮੈਂ ਬੜਾ ਹੀ ਥਿਓਰੈਟਿਕਲੀ ਪੁੱਛਿਆ ਦਰਸਲ ਗਾਂਧੀਅਨ ਕਨਸੈਪਟ ਤੇ ਫੈਮਿਨਿਸਟ ਬੇਸਿਕਲੀ ਵੈਸਟ ਦਾ ਤੋਂ ਸ਼ੁਰੂ ਹੋਇਆ ਕਨਸੈਪਟ ਹੈ ਕਹਣਾ ਮੈਂ ਤਾਂ ਪੁੱਛ ਰਿਹਾ ਤੁਹਾਨੂੰ ਕਿ ਤੁਹਾਨੂੰ ਫੈਮਿਨਿਸਟ ਹੋਣ ਨਾਲ ਫਿਰ ਪ੍ਰੋਬਲਮ ਆ ਕੋਈ ਕਿ ਕਿ ਆਈ ਵੁੱਡਨਟ ਅਨਸਰ ਇਟ ਮਤਲਬ i don't get into it ਮੈਂ ਇੱਕ ਆਪਣੀ ਜਰਨੀ ਦੇ ਹਿਸਾਬ ਨਾਲ ਤੁਹਾਨੂੰ ਦੱਸ ਰਹੀ ਸੀਗੀ ਔਰ ਅੱਜ ਕੱਲ ਜਿਹੜੀ ਮੇਰੇ ਕੋਲ ਕੁੜੀਆਂ ਆਂਦੀਆਂ ਜਾਂ ਮੇਰੇ ਕੋਲ ਹੋਰ ਲੇਡੀਆਂ ਆਂਦੀਆਂ ਤਾਂ ਉਹਨਾਂ ਨੂੰ ਵੀ ਉਸ ਤਰ੍ਹਾਂ ਦੇ ਚੈਲੰਜ ਫੇਸ ਕਰਨੇ ਪੈਂਦੇ ਆ ਮੈਂ ਇਹਨੂੰ ਉਸ ਦ੍ਰਿਸ਼ਟੀ ਨਾਲ ਕਹਿ ਰਹੀ ਆ ਉਹ ਫੈਮਿਨਿਜ਼ਮ ਹੋਣਾ ਔਰ ਉਹ ਸਾਰੀਆਂ ਚੀਜ਼ਾਂ i won't address ਤਾਂ ਕੀ ਚੈਲੰਜ ਜਿਹੜੇ ਤੁਸੀਂ ਕਿਹਾ ਘਰੋਂ ਕੀ ਕੀ ਮਤਲਬ ਹੁਣ ਵੀ ਜਿਵੇਂ ਤੁਸੀਂ ਤੁਸੀਂ ਅਨਮੈਰਿਡ ਤੁਸੀਂ ਆਪਣੇ ਤਰੀਕੇ ਨਾਲ ਜੀ ਰਹੇ ਹੋ ਜੋ ਤੁਹਾਨੂੰ ਠੀਕ ਲੱਗਿਆ ਜ਼ਿੰਦਗੀ ਤੁਸੀਂ ਉਹ ਕਰ ਰਹੇ ਹੋ ਕਿੰਨਾ ਓੱਖਾਗਾ ਹੋਂ ਵੀ ਜਿਸ ਸਟੇਜ ਤੇ ਤੁਸੀਂ ਖੜੇ ਹੋ ਦੇਖੋ ਐਸਾ ਕੁਝ ਓੱਖਾ ਸੋਖਾ ਦੀ ਕੋਈ ਐਗਜ਼ੈਕਟ ਡੈਫੀਨੇਸ਼ਨ ਨਹੀਂ ਹੈ ਫੇਸਿਸ ਹੁੰਦੇ ਹਨ ਲਾਈਫ ਦੇ ਵਿੱਚ ਇਟਸ ਨੈਵਰ ਦੈਟ ਈਜ਼ੀ ਇਟਸ ਨੈਵਰ ਦੈਟ ਟਫ ਪਰ ਇੱਕ ਜਿਹੜਾ ਜਨਰਲ ਐਟਮੋਸਫੇਅਰ ਹੈ ਅਜੀਬ ਸਾਡੇ ਸਮਾਜ ਦੇ ਵਿੱਚ ਲੜਕੀਆਂ ਨੂੰ ਅਗਰ ਉਹ ਕਿੰਨਾ ਵੀ ਸਹੀ ਕਰ ਲੈਣ ਠੀਕ ਹੈ ਪਰ ਫਿਰ ਵੀ ਉਹਨਾਂ ਦੇ ਉੱਤੇ ਇੱਕ ਹੁੰਦਾ ਹੈ ਕਿ ਯੂ ਸ਼ੁਡ ਬੀ ਡਿਪੈਂਡੈਂਟ ਔਨ ਸਮਵਨ ਦੇ ਕੈਨੋਟ ਬੀ ਓਨ देयर ਓਨ ਇਹ ਫੈਮਿਲੀ ਦੇ ਵੱਲੋਂ ਵੀ ਆਂਦਾ ਹੈ ਇਹ ਸਮਾਜ ਦੇ ਵੀ ਅਲੱਗ-ਅਲੱਗ ਹਿੱਸਿਆਂ ਦੇ ਵਿੱਚੋਂ ਆਂਦਾ ਮੈਂ ਖੁਦ ਵੀ ਫੀਲ ਕੀਤਾ ਔਰ ਜਿਹੜੀ ਮੇਰੇ ਨਾਲ ਲੜਕੀਆਂ ਹਨ ਉਹਨਾਂ ਨੂੰ ਵੀ ਇਸ ਫੇਸ ਤੋਂ ਗੁਜ਼ਰਨਾ ਪੈਂਦਾ ਐਸੀ ਕੋਈ ਵੱਡੀ ਸ਼ਿਕਾਇਤ ਨਹੀਂ ਹੈ ਕਿਸੇ ਦੇ ਨਾਲ ਜਾਂ ਕੋਈ ਬਹੁਤ ਵੱਡਾ ਚੈਲੰਜ ਵੀ ਨਹੀਂ ਹੈ ਆਮ ਜਸਟ ਟ੍ਰਾਈਂਗ ਟੂ ਐਕਸਪ੍ਰੈਸ ਮਾਈ ਸੈਲਫ ਕਿ ਥਿਸ ਐਗਜ਼ਿਸਟ ਅਜੇ ਵੀ ਹੈ ਇਹ ਚੀਜ਼ ਔਰ ਮੇਰੇ ਕੋਲ ਅਜੇ ਇਹਦਾ ਕੋਈ ਸੋਲੂਸ਼ਨ ਜਾਂ ਆਨਸਰ ਨਹੀਂ ਹੈ ਬਟ ਠੀਕ ਹੈ ਵੀ ਆਰ ਡੀਲਿੰਗ ਵਿਦ ਇਟ ਕਦੇ ਨਿਰਾਸ਼ ਹੋਇਆ ਹਾਂ ਕਦੇ ਐ ਲੱਗਿਆ ਕਿ ਜੋ ਕਰਨਾ ਹੈ ਬਹੁਤ ਔਖਾ ਛੱਡੋ ਪਰ ਉਹ ਕੰਫਰਟ ਜ਼ੋਨ ਜਿੰਨੇ ਸੀ ਕਦੇ ਲੱਗਿਆ ਵੀ ਕੁਇਟ ਕਰਨ ਨੂੰ ਜੀ ਕੀਤਾ ਹੋਵੇ नहीं क्विट नहीं क्योंकि जो तीन इनू अपनी लाइफ का परपस बना लिया तो उत्ते सोशल रिस्पांसिबिलिटी आ जाती है अगर मेरा मन उदास है मेरे नाल पंद्रह लेडीज़ हैं मैं उन्होंने उदास नहीं कर सकती अपने मन के कारण आई हैव अ रिसपोंसिबिलिटी टूवर्ड्स दैम बिकॉज दे आर हीयर बिकॉज ऑफ मी तो मैं नु अपने आप को ठीक करना ही पेगा मैं भी एक मनुष्य हाँ मेरे अंदर भी इमोशनस का अप एंड डाउन होंद ठीक है आई हैव टू डील विद इट मैं नहीं कहें कि मैं बहुत स्ट्रोंग हाँ या कुछ भी और हमेशा ऐसे ही रहना बट ठीक है वो फीलिंग्स हर इंसान के होंगी तो निराशा निराशा तो देखो जिंदगी का हिस्सा है आशा और निराशा निराश होंने आप पर, हताश नहीं होना ये मैं सीख्या है सैमडोंग रिमपोचे जी तो जेडे तिब्बत प्रधानमंत्री रहे हैं पवन गुप्ता जी हैं मसूरी दे एक किस्सा सुनाते हैं कि एक बारी वह रिम्पोचे जी दे कोल गए। ते रिम्पोचे जी ने कहा भाई मैं निराश जरूर हूँ पर मैं हताश नहीं हूँ ये जो हमारे आसपास चल रहा है मॉडर्निटी इंडस्ट्रियलाइजेशन एजुकेशन का जो कुछ भी हो रहा है मैं इस सब को देख के निराश जरूर होता हूँ पर मैं हारा हुआ महसूस नहीं करता जैसे हार गए ਫਿਰ ਤਾਂ ਨਹੀਂ ਬਣ ਪਾਏਗੀ ਨਾ ਗੱਲ ਨਿਰਾਸ਼ਾ ਅੱਜ ਹੈ ਸ਼ਾਮ ਤੱਕ ਠੀਕ ਹੋ ਜਾਏਗੀ ਤੁਹਾਡੇ ਵਰਗੇ ਕਿਸੇ ਚੰਗੇ ਬੰਦੇ ਨਾਲ ਗੱਲ ਕਰ ਲਈ ਠੀਕ ਹੈ ਨਾ ਕਿਸੇ ਨੂੰ ਮਿਲਣ ਚਲੇ ਗਏ ਤਾਂ ਠੀਕ ਹੋ ਜਾਏਗਾ ਪਰ ਅਗਰ ਹਾਰ ਗਏ ਤਾਂ ਸਭ ਕੁਝ ਫੇਰ ਅਚਲ ਜਿਹੜਾ ਤੁਹਾਡਾ ਇੱਕ ਕਨਸੈਪਟ ਆ ਖਾਦੀ ਜਿਹੜੀ ਤੁਸੀਂ ਜਿਹੜੀ ਪੈਨੀ ਵੀ ਹੋਇਆ ਮੈਨੂੰ ਲੱਗਦਾ ਤੁਸੀਂ ਇਹ ਆਪ ਹੀ ਬੁਣਿਆ ਹੋਇਆ ਹਾਂ ਤੇ ਇਹਦੇ ਬਾਰੇ ਥੋੜਾ ਦੱਸੋ ਕਿਵੇਂ ਕੰਮ ਕਰਦੇ ਹੋ ਕਿੱਥੇ ਕਿੱਥੇ ਜਾਂਦਾ ਕਿਵੇਂ ਉਹ ਇੱਕ ਤਰ੍ਹਾਂ ਦਾ ਸਰਵਾਈਵਲ ਮਾਡਲ ਵੀ ਹੈ ਜਾਂ ਕਈ ਇੱਕ ਸਸਟੇਨੇਬਲ ਮਾਡਲ ਵੀ ਹੈ ਉਹ ਵੀ ਦੱਸੋ ਦੇਖੋ ਖੇਤੀ ਵਿਰਾਸਤ ਮਿਸ਼ਨ ਦੀ ਸ਼ੁਰੂਆਤ ਹੋਈ ਜ਼ਹਿਰ ਮੁਕਤ ਖੇਤੀ ਤੋਂ ਪੰਜਾਬ ਦੇ ਵਿੱਚ ਬਹੁਤ ਸਾਰੇ ਕੈਮੀਕਲ ਫਰਟੀਲਾਈਜ਼ਰਸ ਤੇ ਪੈਸਟੀਸਾਈਡਸ ਤੁਸੀਂ ਉਹਨੂੰ ਜ਼ਹਿਰ ਮੁਕਤ ਕਪੜੇ ਤੱਕ ਲਿਆਏ ਹਾਂਜੀ ਫਿਰ ਅਸੀਂ ਕਪੜੇ ਦੇ ਵਿੱਚ ਵੀ ਇੰਟਰਵੈਨ ਕੀਤਾ ਕਿਉਂਕਿ ਕਾਟਨ ਦਾ ਇੱਕ ਵੱਡਾ ਏਰੀਆ ਪੰਜਾਬ ਦੇ ਵਿੱਚ ਹੈ ਮਾਲਵਾ ਏਰੀਆ ਜਿੱਥੇ ਕਾਟਨ ਉਗਦੀ ਹੈ पर हूं बी टी कॉटन उगाई जाती है या फिर पैडी हो रहा तो देसी कॉटन या देसी नरमा खत्म हो रहा है खेती विरासत मिशन नाल के नाल जुड़े हुए किसान देसी तरीके ऑर्गेनिक तरीके कॉटन लगाते पर उस कॉटन की कितने कंजम्पशन नहीं हो रही थी या तो वह अपने घर के यूज कर पा रहे नॉर्मल मार्केट केेचते दो हज़ार सोलह सतारा केटन के वी एम ने किसान तो लैके चरखे तो सूत बनवाना शुरू किया ਹੈਂਡ ਸਪਿਨਿੰਗ ਕਰਵਾਈ ਇਹ ਕੰਮ ਮੇਰੇ ਆਉਣ ਤੋਂ ਪਹਿਲਾਂ ਹੋ ਚੁੱਕਿਆ ਸੀ ਇੱਥੇ ਮੈਂ 2018 ਦੇ ਵਿੱਚ ਆਈ ਮੈਂ ਖੁਦ ਸਪਿਨਿੰਗ ਕਰਦੀ ਸੀ ਔਰ ਇੱਥੇ ਆ ਕੇ ਵੀ ਮੈਂ ਉਹ ਕੰਟੀਨਿਊ ਕੀਤਾ ਤੇ ਜਦੋਂ ਮੈਂ ਪਿੰਡਾਂ ਦੇ ਵਿੱਚ ਗਈ ਸਾਡੀ ਪੂਰੀ ਟੀਮ ਸੀਗੀ ਸਰਬਜੀਤ ਆਂਟੀ ਸੀਗੇ ਨਾਲ ਚੈਨੇ ਪਿੰਡ ਤੋਂ ਹੈਗੇ ਨੇ ਉਹ ਦੇਖਦੇ ਸੀ ਇਹ ਕੰਮ ਉਸ ਸਮੇਂ ਤੇ ਉਸ ਸਮੇਂ ਸਾਨੂੰ ਧਿਆਨ ਚ ਆਇਆ ਵੀ ਖਾਲੀ ਸੂਤ ਦਾ ਅਸੀਂ ਕੀ ਕਰਾਂਗੇ ਕੱਪੜਾ ਵੀ ਬਨਣਾ ਚਾਹੀਦਾ ਅਸੀਂ ਉੱਥੇ ਜਾ ਕੇ ਗੱਲ ਕੀਤੀ ਤਾਂ ਉਹਨਾਂ ਨੇ ਜਦੋਂ ਆਪਣੇ ਪੇਟੀਆਂ ਖੋਲੀਆਂ ਆਪਣੇ ਸੰਦੂਕ ਖੋਲੇ ਤਾਂ ਸਾਨੂੰ ਉਹ ਪੂਰਾ ਖਜ਼ਾਨਾ ਦਿਖਾਇਆ ਕਿੰਨੀ ਸੋਹਣੀ ਸੋਹਣੀ ਦਰੀਆਂ ਖੇਸ ਚਾਦਰਾਂ ਕੜਾਈ ਤਰ੍ਹਾਂ ਤਰ੍ਹਾਂ ਦੀ ਖੱਦਰ ਕੇਸਮੈਂਟ ਦੇ ਉੱਤੇ ਜਾਲੀ ਕੇਸਮੈਂਟ ਦੇ ਉੱਤੇ ਫਿਰ ਉਹ ਸਟ੍ਰਾਈਕ ਕੀਤਾ ਕਿ ਕਿੰਨਾ ਰਿਚ ਟ੍ਰੈਡੀਸ਼ਨ ਹੈ ਔਰ ਕੀ ਹੁਨਰ ਹੈ ਉਹਨਾਂ ਦੇ ਹੱਥਾਂ ਦੇ ਵਿੱਚ ਜਿਹੜਾ ਕਿ ਹੁਣ ਖਤਮ ਹੋ ਰਿਹਾ ਮਤਲਬ ਉਹਨਾਂ ਨੂੰ ਤਾਂ ਉਹਦੀ ਵੈਲਿਊ ਵੀ ਨਹੀਂ ਹੈ ਉਹ ਜਿਹੜੀ ਪੁਰਾਣੀ ਬਣੀ ਹੋਈ ਚਾਦਰਾਂ ਹੈ ਉਹ ਯਾ ਤਾਂ ਉਹਨਾਂ ਨੂੰ ਇੱਥੇ ਛਾਂ ਦੇ ਲਈ ਇਸਤੇਮਾਲ ਕਰਦੇ ਹਨ ਮਤਲਬ ਇਟ ਇਜ਼ ਨੋਟ ਦੈਟ ਵਰਥ ਜਿਹहां ਵੁਹਾਂ ਤੇ ਵਸੂ ਕੱਢ ਲੈਂਦੇ ਨੇ ਹਾਂ ਜਿਸ ਤਰੀਕੇ ਨਾਲ ਜਿਸ ਇਮੋਸ਼ਨਸ ਨਾਲ ਉਹ ਬਣਾਈ ਗਈ ਸੀ ਉਹ ਹੁਣ ਵੈਲਿਊ ਨਹੀਂ ਕਿਤੇ ਜਾ ਰਹੇ ਫੇ ਸਾਨੂੰ ਕੋਈ ਇੱਕ ਖੱਡੀ ਮਿਲੀ ਦੋ ਖੱਡੀਆਂ ਮਿਲੀਆਂ ਤੇ ਫਿਰ ਪਤਾ ਲੱਗਿਆ ਕਿ ਹਰ ਪਿੰਡ ਦੇ ਵਿੱਚ ਜੁਲਾਹੇ ਹੁੰਦੇ ਸੀ ਤੇ ਹੁਣ ਜੁਲਾਹੇ ਵੀ ਕੰਮ ਛੱਡ ਚੁੱਕੇ ਜਾਂ ਉਹਨਾਂ ਨੇ ਪਾਵਰ ਲੂਮਾ ਲਗਾ ਲਿਆ ਇੱਕ ਕੋਠਾ ਪੂਰਾ ਸਾਡੇ ਇੱਥੇ ਇੱਕ ਸੁਰਗਾ ਸੁਰਗਾਪੁਰੀ ਕਲੋਨੀ ਹੈ ਉੱਥੇ ਖੱਡੀਆਂ ਵਾਲਾ ਮੋਹੱਲਾ ਹੈ ਉਹ ਪੂਰਾ ਹੀ ਖੱਡੀਆਂ ਹੁੰਦੀਆਂ ਸੀਗੀਆਂ ਉੱਥੇ ਪਰ ਹੁਣ ਉਹਨਾਂ ਨੇ ਪਾਵਰ ਲੂਮਾ ਲਗਾ ਲਈ ਤੇ ਜਾਂ ਕੁਝ ਹੋਰ ਕੰਮ ਕਰਨ ਲੱਗੇ ਜਾਂ ਕੋਈ ਸਰਕਾਰੀ ਨੌਕਰੀ ਲੈ ਲਈ ਤੇ ਫਿਰ ਅਸੀਂ ਪੂਰੇ ਪੰਜਾਬ ਚ ਟ੍ਰੈਵਲ ਕੀਤਾ ਬਰਨਾਲਾ ਮਲੇਰ ਕੋਟਲਾ ਜਲੰਧਰ ਲੁਧਿਆਣਾ ਤੇ ਅਸੀਂ ਜੁਲਾਹਿਆਂ ਨੂੰ ਬੁਨਕਰਾਂ ਨੂੰ ਸਮਝਿਆ ਕਿ ਕਿਵੇਂ ਇਹ ਕੰਮ ਬੰਦ ਹੋ ਰਿਹਾ ਇਹ ਜਿਹੜਾ कॉटन वैल्यू चेन ਹੈ कॉटन ਦੀ ਕલ્ਟੀਵੇਸ਼ਨ ਕਿਸਾਨ ਕਰਨ ਉਹਦੀ ਪ੍ਰੋਸੈਸਿੰਗ ਹੋਵੇ ਉਹਦੀ ਕਟਾਈ ਹੋਵੇ ਬੁਨਾਈ ਹੋਵੇ ਸਾਡੇ ਪੰਜਾਬ ਦੇ ਵਿੱਚ ਹੋਵੇ ਕਿਉਂਕਿ ਪੰਜਾਬ ਦਾ ਵੀਵਿੰਗ ਟ੍ਰੈਡੀਸ਼ਨ ਬਹੁਤ ਰਿਚ ਰਿਹਾ ਇਹਦੇ ਵਿੱਚ ਅਸੀਂ ਇੰਡਸਟਰੀ ਦੀ ਵੀ ਹੈਲਪ ਦਿੱਤੀ ਟੈਕਸਟਾਈਲ ਇੰਡਸਟਰੀ ਵਰਦਮਾਨ ਟ੍ਰਾਈਡੈਂਟ ਨਾਹਰ ਦੇ ਨਾਲ ਵੀ ਅਸੀਂ ਕੁਝ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਔਰ ਇਥੇ ਜੀਦਾ ਦੇ ਵਿੱਚ ਹੈਗੀ ਐ ਸਪੋਰਟ ਕਿੰਗ ਇੰਡਸਟਰੀ ਨੇ ਵੀ ਸਾਨੂੰ ਜਿੰਨਾ ਖੋ ਸਕਿਆ ਉਹਨਾਂ ਸਹਿਯੋਗ ਦਿੱਤਾ ਐਜੂਕੇਸ਼ਨਲ ਟੈਕਸਟਾਈਲ ਇੰਸਟੀਟਿਊਟਸ ਹਨ ਉਹਨਾਂ ਦੀ ਵੀ ਮਦਦ ਲਈਤੀ ਔਰ ਅਸੀਂ कॉटन प्रोसेसिंग ਦੇ ਰਿਸਰਚ ਐਂਡ ਡਿਵੈਲਪਮੈਂਟ ਜਿਹੜੇ ਟੈਕਨੀਕਲ ਐਸਪੈਕਟ ਹਨ ਉਹਨਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕੀਤੀ ਹੁਣ ਮੈਂ ਤਾਂ ਕੋਈ ਡਿਜ਼ਾਈਨ ਜਾਂ ਟੈਕਸਟਾਈਲ ਬੈਕਗਰਾਉਂਡ ਤੋਂ ਨਹੀਂ ਹਾਂ ਮੇਰਾ ਤਾਂ ਲਾਈਫ ਸਾਇੰਸਿਸ ਔਰ ਸੋਸ਼ਲ ਸਾਇੰਸਿਸ ਦਾ ਬੈਕਗਰਾਉਂਡ ਹੈ ਮੈਂ ਕੀ ਕਰਦੀ ਸੀ ਪਿੰਡਾਂ ਦੇ ਵਿੱਚ ਜਾ ਕੇ ਕਾਰੀਗਰਾਂ ਔਰ ਬੀਬੀਆਂ ਤੋਂ ਉਹ ਵਰਡ ਸਮਝਨੇ ਕਿ ਇਸ ਪਾਰਟਿਕੂਲਰ ਚੀਜ਼ ਨੂੰ ਕੀ ਕਹਿੰਦੇ ਆ ਉਹ ਪ੍ਰੋਸੈਸ ਨੂੰ ਸਮਝਣਾ ਫਿਰ ਵਾਪਿਸ ਆ ਕੇ ਇੱਥੇ ਸਾਡੇ ਡਾਕਟਰ ਅਨੁਪਮ ਕੁਮਾਰ ਜੀ ਆ ਗਿਆਨੀ ਜੈਲ ਸਿੰਘ ਕਾਲਜ ਦੇ ਵਿੱਚ ਉਹਨਾਂ ਤੋਂ ਸੁਣਨਾ ਔਰ ਫਿਰ ਉਹ ਵਰਡ ਆਪਸ ਦੇ ਵਿੱਚ ਜੋੜਨੇ ਕਿ ਪੰਜਾਬੀ ਦੇ ਵਿੱਚ ਕੰਗੀ ਹੈ ਤਾਂ ਇੰਗਲਿਸ਼ ਦੇ ਵਿੱਚ ਰੀਡ ਹੈ ਫਿਰ ਇੰਟਰਨੈਟ ਦੇ ਉੱਤੇ ਜਾ ਕੇ ਉਸ ਤੋਂ ਰਿਲੇਟਡ ਕਿਤਾਬਾਂ ਲੱਭਣੀਆਂ ਰਿਸਰਚ ਪੇਪਰ ਲੱਭਨੇ ਉਹ ਸਾਰੀ ਪ੍ਰੋਸੈਸ ਨੂੰ ਸਮਝਣਾ ਇੱਕ ਪਾਸੇ ਪਿੰਡ ਦੇ ਕਾਰੀਗਰਾਂ ਤੋਂ ਇੱਕ ਪਾਸੇ ਜਿਹੜੇ ਆਪਣੇ ਐਜੂਕੇਸ਼ਨਲ ਇੰਸਟੀਟਿਊਟਸ ਆ ਉਹਨਾਂ ਤੋਂ ਔਰ ਫਿਰ ਆਪਣੇ ਆਪ ਉਹ ਸਾਰੀ ਚੀਜ਼ ਸਮਝਣੀ ਤਾਂ ਹੁਣ ਉਹ ਤੁਸੀਂ ਪੂਰੀ ਸਪਲਾਈ ਹੋ ਰਿਹਾ ਪੂਰੀ ਦੁਨੀਆ ਹਰੇਕ ਚੀਜ਼ ਉਹ ਆਪਣੇ ਹੱਥ ਨਾਲ ਕਰਨੀ ਪੂਰਾ ਆਰ ਐਂਡ ਡੀ ਪੂਰਾ ਉਹਦਾ ਐਕਸਪੈਰੀਮੈਂਟ ਤੇ ਹੁਣ ਅਸੀਂ ਇੱਥੇ ਜੈਤੋ ਦੇ ਵਿੱਚ ਇੱਕ ਬੁੰਕਰ ਪਾਟਸ਼ਾਲਾ ਚਲਾ ਰਹੇ ਹਾਂ ਸਾਨੂੰ 2 ਮਹੀਨੇ ਹੋ ਗਏ ਲਗਭਗ ਉੱਥੇ 10 ਸਟੂਡੈਂਟ ਸਾਡੇ ਕੋਲ ਆਂਦੇ ਨੇ ਤੇ ਉਹ ਕਾਫੀ ਹੱਦ ਤੱਕ ਕੱਪੜਾ ਬਣਾਣਾ ਕੱਪੜਾ ਬਣਾਣਾ ਸਿੱਖ ਗਏ ਨੇ ਤੇ ਕੱਪੜੇ ਦੀ ਕਾਫੀ ਡਿਮਾਂਡ ਹੈ ਕਿਸਾਨ ਵੀ ਤਿਆਰ ਹੈ ਕੋਟਨ ਲਗਾਉਣ ਨੂੰ और पिंड बीबियां कताई भी कर देंता काफ़ी अच्छा एक इकोनॉमिक मॉडल भी है सोशल मॉडल भी है विमेन एम्पावरमेंट का मॉडल भी है और स्परिचुअलिटी एट द कोर ऑफ इट क्योंकि यह सिर्फ हथ पैर का कम नहीं है जो तक ये मन नहीं पाया जाएगा दिमाग नहीं पाया जाएगा तो असं इनोवेशन नहीं कर पावगे थ्रू दिस वर्क वी वोंट टू एड्रेस or we want to understand all those aspects of bharat भारत and bhartiyata mera last sawal tonu usi gal te main dobara honna tusi kya its men's world toaddi zindagi ch jehde mard ne tode pita aan ne tode bhara aan ne ya hor vi mard tode dost honge tode keh ja experience reha kehha ya matlab venu koi ek sentence de vich ta ਡਿਸਕ੍ਰਾਈਬ ਨਹੀਂ ਕੀਤਾ ਜਾ ਸਕਦਾ ਸਾਡੇ ਅਲੱਗ-ਅਲੱਗ ਰਿਸ਼ਤੇ ਹੁੰਦੇ ਆਂ ਅਲੱਗ-ਅਲੱਗ ਜ਼ਰੂਰਤਾਂ ਹੁੰਦੀਆਂ ਐਸਾ ਮੈਨੂੰ ਆਪਣੀ ਲਾਈਫ ਦੇ ਵਿੱਚ ਕੋਈ ਵੱਡਾ ਚੈਲੰਜ ਕਦੇ ਨਹੀਂ ਫੇਸ ਕਰਨਾ ਪਿਆ ਪਰ ਫੈਮਿਲੀ ਦੇ ਵਿੱਚ ਇੱਕ ਲੜਕੀ ਹੋਣ ਦਾ ਅਹਿਸਾਸ ਮੈਨੂੰ बार-बार ਕਰਾਇਆ ਗਿਆ ਸ਼ਾਇਦ ਹੁਣ ਵੀ ਥੋੜਾ ਜਿਹਾ ਕਰਾਇਆ ਜਾਂਦਾ ਬਹੁਤ ਜ਼ਿਆਦਾ ਨਹੀਂ ਪਰ ਹੁਣ ਵੀ थोड़ा जहाँ तो है उस तो इलावा मैं कुछ अच्छे दोस्त मिले और उन्होंने मेरी लाइफ नू शेप भी किया और अदरवाइज ऐसी कोई दिक्कत नहीं है पर मैं एक जनरल गल कर रही सी मेरा किसी न कोई ऐसा स्पेसिफिक टारगेट नहीं सी और इतने भी के वी एम के भी असी लड़कियाँ घाट ही हैं ਤੇ ਲੜਕੇ ਹੀ ਜਿਆਦਾ ਫੀਲਡ ਦਾ ਕੰਮ ਹੈ ਜਾਂ ਕੁਝ ਵੀ ਹੈ ਠੀਕ ਹੈ ਉਹਦੀ ਜ਼ਰੂਰਤ ਵੀ ਹੈ ਲੜਕੇ ਜੋ ਕੰਮ ਕਰ ਸਕਦੇ ਆ ਉਹ ਲੜਕੀਆਂ ਸ਼ਾਇਦ ਨਹੀਂ ਤੇ ਜਿਹੜੇ ਬੀਬੀਆਂ ਕੰਮ ਕਰਦੀਆਂ ਉਹ ਵੀ ਕੇਵੀਐਮ ਦਾ ਪਾਰਟੀ ਹੋਣਗੇ ਉਹ ਵੀ ਕੇਵੀਐਮ ਦਾ ਪਾਰਟ ਹੈ ਹੁਣ ਉਹਨਾਂ ਨੂੰ ਗਿਣ ਰਹੇ ਤੁਸੀਂ ਵਿੱਚ ਉਹਨਾਂ ਉਹਨਾਂ ਨੂੰ ਵੀ ਗਿਣ ਹਾਂ ਉਹਨਾਂ ਦੀ ਗਿਣਤੀ ਕਰਕੇ ਤਾਂ ਬਰਾਬਰੀ ਹੋ ਜਾਣਾ ਮੈਨੂੰ ਲੱਗਦਾ ਹਾਂ ਉਹ ਹੋ ਜਾਏਗਾ ਬਰਾਬਰ ਮਤਲਬ ਕੁਆਂਟਿਟੇਟਿਵ ਮੈਂ ਉਹਨੂੰ ਇਸ ਤਰ੍ਹਾਂ ਲੈਣਾ ਨਹੀਂ ਚਾਹੁੰਦੀ ਪਰ ਇੱਕ ਜਿਹੜਾ ਆਮ ਸਾਡੇ ਇੱਥੇ ਹੈਗਾ ਤਾਂ ਇਟਸ ਫਾਈਨ ਮਤਲਬ ਐਸਾ ਮੈਨੂੰ ਕੋਈ ਉਹਦੇ ਵਿੱਚ ਦੋਸ਼ ਵੀ ਨਹੀਂ ਲੱਗਦਾ ਪਰ ਕਈ ਵਾਰੀ ਕੁਛ ਲੜਕੀਆਂ ਦੇ ਅੰਦਰ ਬਹੁਤ ਪੋਟੈਂਸ਼ੀਅਲ ਹੁੰਦਾ ਹੈ ਬਹੁਤ ਸੰਭਾਵਨਾਵਾਂ ਹੁੰਦੀਆਂ ਉਹਨਾਂ ਨੂੰ ਮੌਕੇ ਨਹੀਂ ਮਿਲਦੇ ਮੌਕਾ ਨਹੀਂ ਮਿਲਦਾ ਉਸ ਤਰ੍ਹਾਂ ਉਹਨਾਂ ਦੇ ਮਰਦਾਂ ਨਾਲ ਵੀ ਹੁੰਦਾ ਹੈਗਾ ਹੁੰਦਾ 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 ਬਹੁਤ ਪੋਟੈਂਸ਼ੀਅਲ ਹੋ ਮੌਕੇ ਨਹੀਂ ਮਿਲਦੇ ਰਾਈਟ ਤਾਂ ਅਗਰ ਉਸ ਤਰ੍ਹਾਂ ਦੀ ਨਾ ਜਿਹੜੀ ਗੱਲ ਤੁਸੀਂ ਕਹਿੰਦੇ ਹੋਗੇ ਤੇ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਮੈਨਜ਼ ਵਰਲਡ ਤਾਂ ਹੈਗੀ ਆ ਉਸ ਵਿੱਚ ਕੋਈ ਦੂਰ ਨਹੀਂ ਇਸ ਵਿੱਚ ਇੰਪੋਰਟੈਂਟ ਗੱਲ ਇਹ ਹੈ ਲੜਕੀਆਂ ਜੋ ਰਿਸਪੌਂਸਿਬਿਲਟੀ ਲੈਂਦੀਆਂ ਜੋ ਓਨਰਸ਼ਿਪ ਲੈਂਦੀਆਂ ਜਦੋਂ ਉਹ ਕਿਸੇ ਚੀਜ਼ ਨੂੰ ਆਪਣਾ ਸਮਝਦੀਆਂ ਉਹ ਜਦੋਂ ਕਿਸੇ ਕੰਮ ਨੂੰ ਸ਼ੁਰੂ ਸ਼ੁਰੂ ਕਰਦੀ ਹੈ ਤਾਂ ਉਹਨੂੰ ਅਖੀਰ ਤੱਕ ਲੈ ਕੇ ਜਾਣ ਦੀ ਪੂਰੀ ਜ਼ਿੰਮੇਵਾਰੀ ਲੈਂਦੀ ਹੈ ਉਹ ਕਹਿੰਦੇ ਨੇ ਆਰਥ ਕੋਲੇ ਨੇਚਰ ਚੀ ਜਿਹੜੀ ਹੈਗੀ ਕਨਸਟਰਕਟ ਕਰਨ ਦੀ ਜਿਹੜੀ ਜਿਹੜੀ ਉਹਦੀ ਕੁਦਰਤ ਨੇ ਉਹਨੂੰ ਗੁਣ ਦਿੱਤੇ ਨੇ ਉਹ ਕਹਿੰਦੇ ਹੈਗੇ ਕਿ ਮਰਦ ਨਾਲੋਂ ਜ਼ਿਆਦਾ ਬਿਹਤਰ ਉਹ ਜਿਹਨੂੰ ਐਕਸਪੋਜ਼ਰ ਮਿਲੇ ਤਾਂ ਜਦੋਂ ਉਹ ਚੀਜ਼ਾਂ ਡਿਲੀਵਰ ਕਰਦੀ ਹੈਗੀ ਕਿਉਂਕਿ ਨੇਚਰ ਨੇ ਉਹਨੂੰ ਉਹ ਚੀਜ਼ ਦਿੱਤੀ ਹੈਗੀ ਹੈਨਾ ਮਤਲਬ ਜਿਹਨ ਪੈਦਾ ਕਰਨ ਦੀ ਤਾਕਤ ਨੇਚਰ ਨੇ ਉਹਨੂੰ ਦਿੱਤੀ ਹੈਗੀ जोड कर पिंड जी सा खी वाली बीबी है इन्होंने एक छोटी जी गल करके वाइंडअप करा सू कि सारे बॉयोलॉजिकल चैलेंज भी हैं फिजिकल चैलेंज हैं फैमिल के चैलेंज हैं सोशल चैलेंज हैं इकोनॉमिक चैलेंजस भी हैं और हेल्थ चैलेंज भी हैं वो बावजूद ਇੱਕ ਲੜਕੀ ਜਾਂ ਇੱਕ ਮਹਿਲਾ ਜਦੋਂ ਘਰ ਨੂੰ ਬਣਾਉਂਦੀ ਹੈ ਘਰ ਨੂੰ ਖੜਾ ਕਰਦੀ ਹੈ ਇੱਕ ਇੱਕ ਚੀਜ਼ ਨੂੰ ਸਜਾਉਂਦੀ ਹੈ ਤਾਂ ਮੈਨੂੰ ਲੱਗਦਾ ਉਹਦੇ ਵਿੱਚ ਜਿਹੜਾ ਇਮੋਸ਼ਨਲ ਕਨੈਕਟ ਹੁੰਦਾ ਨਾ ਉਹ ਸ਼ਾਇਦ ਬੰਦਿਆਂ ਦੇ ਕੋਲ ਨਹੀਂ ਹੁੰਦਾ ਮੈਂ ਉਹ ਇਮੋਸ਼ਨਸ ਦੀ ਗੱਲ ਕਰ ਰਹੀ ਹਾਂ ਮੈਂ ਐਸਾ ਕੁਝ ਫਿਜ਼ੀਕਲੀ ਹੋ ਨਹੀਂ ਕਿ ਅਸੀਂ ਟਰੈਕਟਰ ਚਲਾਉਣ ਲੱਗ ਜਾਈਏ ਅਸੀਂ ਇਹ ਕਰਦੀ ਕੋਈ ਕ੍ਰਾਂਤੀਕਾਰੀ ਵਾਲਾ ਮੇਰਾ ਵਿਚਾਰ ਨਹੀਂ ਹੈ ਪਰ ਉਹ ਜਿਹੜਾ ਇਮੋਸ਼ਨਸ ਵਾਲਾ ਹੈ ਨਾ ਜੋ ਐਸੋਸੀਏਸ਼ਨ ਹੈ ਜੋ ਛੋਟੇ ਛੋਟੇ ਬਾਰੀਕੀਆਂ ਨੂੰ ਦੇਖਣਾ ਹੈ ਉਹਦੀ ਗੱਲ ਕਰ ਰਹੀ ਸੀ। ਔਰ ਉਹ ਮੈਂ ਸਾਰਾ ਇਹਨਾਂ ਲੇਡੀਜ਼ ਦੇ ਵਿੱਚ ਦੇਖਦੀ ਆ। ਧੰਨਵਾਦ ਰੁਪਸੀ ਤੁਹਾਡਾ ਧੰਨਵਾਦ ਸਮਾਂ ਦੇਣ ਲਈ। थैंक यू।